ਗੱਲ ਕਰ ਕੀ ਕਰੀਏ, ਬਥੇਰਾ ਸਮਝਾਇਆ, ਹੁਣ ਮਾੜੇ ਜੇ ਲੈਣ ਤੇ ਆਇਆ। ਬਸ ਹੱਥ ਬੰਨ ਕੇ ਅਸੀਂ ਤਾਂ ਹੀ ਮਾਫੀ ਮੰਗਦੇ ਆ ਵੀ ਭਾਬੀ ਨੂੰ ਸਾਡੇ ਨਾਲ ਤੋਰ ਦੋ। ਚੱਲ ਇੱਕ ਵਾਰੀ ਤਾਂ ਬੰਦਾ ਮਾਫ ਕਰ ਹੀ ਦਿੰਦਾ ਹੁੰਦਾ। ਓਏ ਅਮਨ, ਪਾਈ ਨੂੰ ਯਾਰ ਤੂੰ ਆਏ ਭਾਈ ਭਜ ਨਾ ਪਿਆ ਕਰ, ਉਹ ਤਾਂ ਪਹਿਲੇ ਹੀ ਦੁਖੀ ਆ ਵਿਚਾਰਾ, ਹੋਰ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਯਾਰ। ਮੇਰੀ ਗੱਲ ਸੁਣ ਲੈ ਕੁੜੀਏ, ਚਿੱਟਾ ਜਵਾਬ ਦੇ ਦੇ ਉਹਨਾਂ ਨੂੰ, ਕੋਈ ਲੋੜ ਨਹੀਂ ਉਹਨਾਂ ਨਾਲ ਜਾਣ ਦੀ। ਤੈਨੂੰ ਧੱਕੇ ਦੇ ਕੇ ਘਰੋਂ ਕੱਢਿਆ ਸੀਗਾ, ਨਾਲੇ ਜਦੋਂ ਦੋ ਚਾਰ ਵਾਰੀ ਆਉਣਗੇ ਨਾ ਆਪੇ ਪਤਾ ਲੱਗ ਜੂ ਇਹਨਾਂ ਨੂੰ। ਓਏ ਐਵੇਂ ਨਾ ਕੁੜੀ ਤੇ ਪ੍ਰੈਸ਼ਰ ਪਾਈ ਜਾ, ਤੇਰੀ ਕੀ ਰਾਇ ਆ ਭਾਈ, ਤੂੰ ਦੱਸ ਆਪਦੀ ਰਾਇ। ਪੈ ਦੀ ਕੀ ਰਾਇ ਆ, ਤੂੰ ਕੀ ਬੋਲੀ ਜਾਂਦਾਗਾ, ਇਹ ਆਪਣੇ ਤੋਂ ਬਾਹਰ ਆ, ਜੋ ਕੁਛ ਆਪਾਂ ਕਹਾਂਗੇ ਉਹੀ ਕਰੂਗੀ ਇਹ। ਉਹ ਮੈਂ ਕਿਹੜਾ ਬਾਹਰ ਕਹਿਣਾਗਾ, ਗੱਲ ਤਾਂ ਮੈਂ ਕਹਿਣਾ ਵੀ ਗੱਲ ਨੇੜੇ ਲੱਗਦੀ ਲੱਗ ਜਾਂਦੀ ਆ, ਵਿਗੜਦੀ ਵਿਗੜ ਜਾਂਦੀ ਹੈਗੀ, ਸੰਭਲਿਆ ਕਰ ਕੁਛ ਮਾੜੀ ਮੋਟੀ। ਬੇ ਉਹ ਸੁਧਰ ਨਾਲੇ ਕਿੱਥੇ ਨੇ, ਤੈਨੂੰ ਲੱਗਦਾ ਵੀ ਉਹ ਸੁਧਰ ਜਾਣਗੇ? ਇਹ ਤਾਂ ਉਹੀ ਆਮਦਰ ਮਿੰਤਾ ਕਰੀ ਜਾਂਦੇ ਨੇ ਹੁਣ ਬੈਠੇ ਵੀ ਅਸੀਂ ਲੈ ਜਾਾਂਗੇ ਇਹਨੂੰ। ਓਹੋ ਭਾਬੀ, ਜੇ ਉਹ ਆਏ ਨੇ ਕਿਸੇ ਕਾਰਨ ਨੂੰ ਹੀ ਆਏ ਨੇ, ਖੋਰੇ ਹਰਜੀਤ ਤੇ ਮੰਮੀ ਸੁਧਰੀ ਗਏ ਹੁਣ, ਨਾਲੇ ਬਾਰੀ ਬਾਰੀ ਤੁਹਾਨੂੰ ਵੀ ਪਤਾ ਘਰ ਬੰਨੇ ਨਹੀਂ ਜਾਂਦੇ ਹੁੰਦੇ, ਹੁਣ ਇੱਕ ਵਾਰੀ ਵਗ ਜਾਨੀ ਆ ਮੈਂ। ਲੈ ਦੇਖ ਲੈ ਕਿੱਡੀ ਕਾਲੀ ਹੋਈ ਪਈ ਐ, ਜੁੱਤੀਆਂ ਖਾ ਕੇ ਤਾਂ ਫਿਰ ਤੂਰੇ ਆ ਜਾਨੀ ਐ ਤੂੰ। ਜੇ ਇੱਕ ਦੋ ਵਾਰੀ ਅਗਲੇ ਨੂੰ ਕਹੇਂਗੀ ਖਾਲੀ ਮੁੜਨਗੇ, ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਮੈਂ ਨਹੀਂ ਜਾਣਾ ਹੈਗਾ। ਉਹ ਇਹਦਾ ਮਾਨ ਕਹਿੰਦਾ ਇਹਨੂੰ ਇੱਕ ਵਾਰੀ ਜਾਣ ਦੇ, ਕਿਹੜਾ ਹੁਣ ਆਪਾਂ ਇਹਨਾਂ ਨੂੰ ਵੀ ਕਿਵੇਂ ਮੋੜੀਏ ਵਿਚਾਰਿਆਂ ਨੂੰ ਆਇਆਂ ਨੂੰ, ਕਿਹੜਾ ਤੋਰ ਦਿੰਦੇ ਆ, ਉਸ ਤੋਂ ਬਾਅਦ ਦੇਖਾਂਗੇ ਫਿਰ ਕੀ ਬਣਦਾ। ਹੋਰ ਇਹੋ ਜੀ ਗੱਲ ਨਹੀਂ ਹੈਗੀ ਭਾਬੀ, ਰਾਜਵੀਰਾ ਤੇ ਨਾ ਆਪਣੀ ਅਮਨ ਦੀਦੀ ਬਹੁਤ ਸਿਆਣੇ ਨੇ, ਨਾਲੇ ਬਾਪੂ ਜੀ ਵੀ ਨਾਲ ਆਏ ਨੇ, ਮੈਂ ਇਹਨਾਂ ਦੀ ਗੱਲ ਨਹੀਂ ਮੋੜ ਸਕਦੀ। ਨਹੀਂ ਅਮਨ ਕਿਹੜਾ ਤੇਰੇ ਸਿਰ ਤੇ ਚੜ ਕੇ ਬੈਠੀ ਰਹੂਗੀ, ਉਹ ਤਾਂ ਅਗਲੀ ਆਪਦੇ ਸਹੁਰੇ ਵਗ ਜੂ, ਤੂੰ ਖਾਈ ਜਾਈ ਉੱਥੇ ਜੁੱਤੀਆਂ, ਜੇ ਨਹੀਂ ਟਿਕਦੀ ਵਗ ਜਾ ਭਾਈ, ਤੈਨੂੰ ਵੀ ਜੁੱਤੀਆਂ ਖਾਣ ਦੀ ਆਦਤ ਪਈ ਹੋਈ ਹੈ। ਭਾਬੀ ਗੱਲ ਜੁੱਤੀਆਂ ਖਾਣ ਦੀ ਨਹੀਂ ਹੁੰਦੀ, ਨਾਲੇ ਮੈਨੂੰ ਮੇਰੇ ਭਰਾ ਦਾ ਘਰ ਵੀ ਦੀਂਦਾ, ਮੈਂ ਤੁਹਾਡੇ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੀ, ਨਾਲੇ ਰਾਜ ਬਾਈ ਤੇ ਬਾਪੂ ਜੀ ਆਏ ਨੇ, ਉਹਨਾਂ ਦੀ ਗੱਲ ਨਹੀਂ ਮੈਂ ਮੋੜ ਸਕਦੀ। ਬਾਪੂ ਜੀ ਨੇ ਹਰ ਵਾਰੀ ਮੇਰਾ ਪੱਖ ਲਿਆ, ਮੇਰੇ ਪਿੱਛੇ ਨਾ ਉਹ ਅਮਨ ਦੀਦੀ ਨੂੰ ਵੀ ਬੋਲ ਦਿੰਦੇ ਸੀਗੇ, ਤੇ ਮੈਂ ਹੁਣ ਉਹਨਾਂ ਦੀ ਗੱਲ ਨਹੀਂ ਮੋੜ ਸਕਦੀ। ਹੁਣ ਤੁਸੀਂ ਚਾਹੇ ਇਹ 'ਚ ਮੈਨੂੰ ਚੰਗੀ ਕਹੋ ਚਾਹੇ ਮਾੜੀ ਕਹੋ, ਆਪਦਾ ਘਰ ਤਾਂ ਮੈਨੂੰ ਵਸਾਉਣਾ ਹੀ ਪਊ। ਭੈਣੇ, ਬੋਝ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਵੀ ਤੂੰ ਮੇਰੇ ਤੇ ਬੋਝ ਐ, ਤੇਰਾ ਆਪਦਾ ਘਰ ਆ, ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ, ਇੱਕ ਵਾਰ ਤੇਰੀ ਗੱਲ ਸਿਆਣੀ ਐ ਵੀ ਤੂੰ ਜਾ ਕੇ ਦੇਖ, ਜੇ ਤਾਂ ਸੁਧਰ ਗਏ ਠੀਕ ਐ, ਨਹੀਂ ਆਪਾਂ ਕੋਈ ਹੋਰ ਰਸਤਾ ਦੇਖਾਂਗੇ। ਤੂੰ ਹੁਣ ਐਂ ਕਰ, ਚਾਹ ਬਣਾ ਲਾ ਤੇ ਕੁੜੀਏ ਤੂੰ ਆਪਦਾ ਲੀੜਾ ਕੱਪੜਾ ਤਿਆਰ ਕਰ, ਮੈਂ ਉਹਨਾਂ ਨੂੰ ਦੱਸ ਦਿੰਦਾ। ਆਹੋ ਜਾ ਵਗ ਜਾ, ਨਾਲੇ ਜੇ ਜੁੱਤੀਆਂ ਖਾਣ ਦਾ ਇੰਨਾ ਹੀ ਹੈ ਨਾ, ਉੱਥੇ ਰਹਿ ਕੇ ਚਿੱਤਰ ਖਾ ਲਿਆ ਕਰ, ਉਰੇ ਨੇ ਚੱਕ ਕੇ ਬਹਿ ਗਿਆ ਕਰ। ਚਲ ਬਾਪੂ ਜੀ ਚੁੱਪ ਕਰੋ, ਬਹਿ ਜਾ ਬਾਈ। ਮਾਸੜ ਜੀ, ਤੁਹਾਡੇ ਆਇਆਂ ਦਾ ਮੈਂ ਮਾਣ ਸਾਰਿਆਂ ਦਾ ਰੱਖਦਾਗਾ, ਮੈਂ ਆਪਦੀ ਭੈਣ ਨੂੰ ਅੱਜ ਤੁਹਾਡੇ ਨਾਲ ਤੋਰਦਾ, ਪਰ ਇੱਕ ਮੇਰੀ ਹੱਥ ਬੰਨ ਕੇ ਬੇਨਤੀ ਆ ਭੈਣੇ, ਵੀ ਹਰਜੀਤ ਨੂੰ ਤੇ ਮਾਸੀ ਨੂੰ ਸਮਝਾ ਦਿਓ ਵੀ ਦੁਬਾਰਾ ਇਹੋ ਜਿਹੀ ਕੋਈ ਗਲਤੀ ਨਾ ਕਰੇ। ਜਦੋਂ ਵੀ ਮੇਰੀ ਭੈਣ ਸਹੁਰਿਆਂ ਤੋਂ ਰੋਂਦੀ ਆਪਦੇ ਘਰੇ ਆਉਂਦੀ ਆ ਨਾ, ਮੈਨੂੰ ਪਤਾ ਵੀ ਮੇਰਾ ਦਿਲ ਕਿਵੇਂ ਰੋਂਦਾ ਗਾ। ਬਾਈ ਤੇਰਾ ਦੁੱਖ ਸਮਝਦੇ ਆਂਗੇ, ਫਿਕਰ ਨਾ ਕਰ ਬਾਈ ਤੂੰ, ਅੱਜ ਤੋਂ ਬਾਅਦ ਤੈਨੂੰ ਕੋਈ ਲਾਂਭਾ ਨਹੀਂ ਆਊਗਾ। ਉਹ ਸ਼ਾਬਾਸ਼ ਸ਼ੇਰਾ, ਤੈਂ ਭਾਈ ਸਾਡੇ ਆਇਆਂ ਦੀ ਰੱਖਤੀ, ਰੱਖਣ ਦਾ ਫਰਜ਼ ਬਣਦਾ ਸੀਗਾ ਜੀ ਸਾਡਾ। ਭੈਣੇ ਆਜੋ ਲੈਟ ਆ ਗਈ, ਚਾਹ ਪੀ ਲਓ, ਆਜੋ ਬਾਈ। ਹਾਂ ਹਾਂ ਕੋਈ ਨਹੀਂ ਬਾਈ, ਚਲੋ ਚਲੋ ਬਾਈ। ਮਾਂ ਮੇਰੀ ਗੱਲ ਸੁਣੋ, ਦੇਖ ਲੜਾਈ ਝਗੜੇ ਬਥੇਰੇ ਹੋ ਗਏ, ਸਾਰੀਆਂ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ। ਭਾਬੀ ਨੂੰ ਨਾ ਅਸੀਂ ਬਾਲੀਆਂ ਮਿੰਤਾ ਕਰਕੇ ਲੈ ਕੇ ਆਏ ਆ, ਅੱਜ ਇਹਦੇ ਭਰਾ ਤੇ ਭਰਜਾਈ ਸਾਡੇ ਨਾਲ ਤੋਰਦੇ ਨਹੀਂ ਸੀ। ਨਾ ਭੈਣੇ ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਇਹਨੂੰ ਲਿਆਉਣ ਨੂੰ? ਉਰਾ ਹੋਈ ਮਾੜਾ ਜਾ, ਕੀ ਆ ਭੈਣੇ ਲੱਗੀ ਸਮਝ? ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ, ਗੱਲਾਂ ਕਰਦੀ ਆ, ਕਿਉਂ ਥੱਪੜ ਮਾਰਿਆ ਜਵਾਕ ਦੇ? ਬਰੋਬਰ ਦਾ ਵਿਆਹੇ ਬਰੇ ਆ ਉਹ। ਅੱਛਾ ਵਿਆਹੇ ਬਰੇ ਦੀ ਜੇ ਇੰਨੀ ਆ ਵਾ ਤੈਨੂੰ, ਫਿਰ ਆਪਦੀ ਨੂੰਹ ਦੀ ਤਾਂ ਮਾੜੀ ਮੋਟੀ ਇੱਜ਼ਤ ਕਰ ਲੈ, ਇਹ ਵੀ ਕਿਸੇ ਦੀ ਧੀ ਆ, ਬਰਾਬਰ ਦੀ ਉਹ ਆ, ਉਹਦੇ ਵੇਲੇ ਤੈਨੂੰ ਬੜਾ ਦੁੱਖ ਲੱਗਿਆ। ਕੀ ਗੱਲ ਐ, ਇੱਜ਼ਤ ਕਰਨ ਨੂੰ ਇਹਨੂੰ ਕੀ ਕਹਿਤਾ ਕਿਸੇ ਨੇ? ਆਪਦੀ ਕਰਤੂਤੀ ਖਾਂਦੀ ਐ, ਛਿੱਤਰ ਇਹ ਚਾਂਬੜੀ ਹੋਈ ਐ, ਆਪਦੇ ਕਰਤੂਤੀ ਇਹਨੇ ਖਾਦਾ ਥੱਪੜ, ਇਹ ਵੀ ਜਿਆਦੇ ਚਾਂਬੜਿਆ ਹੋਇਆ, ਸਾਰਾ ਦਿਨ ਕੋਈ ਗੱਲ ਹੀ ਨਹੀਂ ਸੁਣਦਾ। ਪਰ ਦੀਦੀ ਤੁਸੀਂ ਤਾਂ ਕਹਿੰਦੇ ਸੀ ਮੰਮੀ ਤੇ ਹਰਜੀਤ ਮੰਨਗੇ। ਉਹ ਕੋਈ ਨਹੀਂ, ਇਹ ਤਾਂ ਮੰਨ ਵੀ ਜਾਣਗੇ, ਨਾਲੇ ਭਾਬੀ ਤੂੰ ਇਹਦੇ ਜੋਗੀ ਵੀ ਨਹੀਂ, ਕਿਰਲਾ ਜਾਣੀ ਲੋਟ ਆਉਂਦਾ, ਜਦੋਂ ਤੇਰੇ ਮਾਰਦਾ ਬਰਾਬਰ ਨਹੀਂ ਧਰਿਆ ਜਾਂਦੀਆਂ ਦੋ। ਸਹੀ ਗੱਲ ਆ ਭੈਣੇ, ਇਹਦੀ ਤਾਂ ਲਾਸਟ ਕਿਸ਼ਤ ਰਹਿੰਦੀ ਹੈ, ਜੇ ਕਿਸੇ ਨੇ ਭਰਤੀ ਦਾ ਤਾਂ ਠੀਕ ਹੈ, ਨਹੀਂ ਇਹ ਤਾਂ ਬੀਤੇ ਹੀ ਪਿਆ ਮੈਨੂੰ ਲੱਗਦਾ। ਓਏ ਆਹੀ ਗੱਲ ਦਾ ਛੇੜਾ ਇਹਨੂੰ ਮੈਂ ਕਹਿੰਦਾ, ਸੌਰੀਏ ਤੂੰ ਇੱਕ ਨਾ ਤੇ ਬਹਿ ਜਾ ਹਿੱਕ ਤੇ, ਇੱਕ ਨਾ ਤੇਰੇ ਮੈਂ ਕੁੱਟੂ ਧਰ ਕੇ, ਇਹਨੂੰ ਫਿਰ ਪਤਾ ਲੱਗੂ। ਸ਼ਰਮ ਨਹੀਂ ਮੰਨਦੇ, ਦੇਖ ਲੈ ਹਰਜੀਤ ਗਲ ਗੁੱਠਾ ਦੇ ਦਿਓ ਸਾਡੇ, ਆਹੀ ਕਸਰ ਰਹਿੰਦੀ ਸੀ ਜੰਮ ਤੇ ਪਾਲ ਤੇ ਵਿਆਹ ਤੇ ਘਰ ਬਾਰ ਦੇ ਕਰਤੇ, ਹੁਣ ਹੁਣ ਆ ਗੁੱਤ ਨਹੀਂ ਫੜਵਾਉਂਦੀ ਤੂੰ ਮੇਰੀ, ਹੁਣ ਘਰੋਂ ਕਢਵਾਉਣ ਤੱਕ ਜਾਂਦੀ, ਤੂੰ ਹੀ ਸੰਗ ਮੰਨ ਲੈ ਮਾੜੀ ਮੋਟੀ। ਨੀ ਮਾਂ ਮਾਂ ਤੂੰ ਦਿਮਾਗ ਤੋਂ ਠੰਡੇ ਤੋਂ ਕੰਮ ਲੈ, ਕਿਉਂ ਇੰਨਾ ਘਬਰਾਉਣੀ ਹੈਗੀ? ਤੇਰਾ ਘਰ ਹੈ, ਤੇਰੇ ਘਰ ਨੂੰ ਬਚਾਉਣ ਦੀ ਮਾਰੀ ਮੈਂ ਐ ਕਰੀ ਜਾਨੀ ਆ, ਤੇਰੇ ਹੱਥ ਚ ਆ ਮਾਂ, ਚਾਹੇ ਇਸ ਘਰ ਨੂੰ ਉਜਾੜ ਲੈ ਚਾਹੇ ਵਸਾ ਲੈ। ਨਾਲੇ ਮੇਰੀ ਗੱਲ ਸੁਣ, ਜਦੋਂ ਇਹਨਾਂ ਦੀ ਮੱਤ ਨਹੀਂ ਮਿਲਦੀ ਆਪਸ ਵਿੱਚ, ਤੂੰ ਧੱਕੇ ਨਾਲ ਇਹਨਾਂ ਦਾ ਸਿਰ ਨਾਲ ਕਿਉਂ ਕਰੀ ਜਾਨੀ ਆ? ਬਾਰ ਬਾਰ ਨਹੀਂ ਨਿਭਣੀ ਇਹਨਾਂ ਦੀ,
ਮੰਮੀ ਮੱਤ ਤਾਂ ਅਸੀਂ ਆਪ ਹੀ ਮਿਲਾ ਲਾਂਗੇ ਪਰ ਤੁਸੀਂ ਨਹੀਂ ਮਿਲਣ ਦਿੰਦੇ ਜਦੋਂ ਮਾੜੀ ਮਾੜੀ ਗੱਲ ਤੇ ਤਾਂ ਲੜਾਈ ਪਵਾ ਦਿੰਦੇ ਆ ਸਾਡੀ ਮੱਤ ਕਿੱਥੋਂ ਮਿਲੂ ਅੱਛਾ ਮੈਂ ਲੜਾਈ ਪਾਉਣੀ ਹੈ ਨੀ ਆਪਣੀਆਂ ਕਰਤੂਤਾਂ ਨਾਲ ਛਿੱਤਰ ਖਾਣੀ ਨੀ ਤੈਨੂੰ ਕੰਮ ਦਾ ਡੱਕਾ ਨੀ ਆਉਂਦਾ ਨੀ ਨੀ ਮੁੰਡਾ ਆਊ ਖੇਤੋਂ ਨਾ ਉਹਨੂੰ ਨਹਾਉਣ ਨੂੰ ਪਾਣੀ ਨਾ ਉਹਨੂੰ ਕੱਪੜੇ ਮਜਾਲ ਕੇ ਅੰਦਰ ਬੈਠੀ ਰਹੂ ਮੋਬਾਈਲ ਤੇ ਲੱਗੀ ਮਾਂ ਇਹ ਗੱਲ ਗਲਤ ਇੱਥੋਂ ਹੀ ਮੈਂ ਗਈਆਂ ਕੰਮ ਤਾਂ ਦੇਖ ਕਰਦੀ ਆ ਉਹ ਸਾਰੀ ਹੁਣ ਤੂੰ ਇਹਨਾਂ ਗੱਲਾਂ ਨੂੰ ਛੱਡ ਦੇ ਨਾਲੇ ਜਿਹੜੀ ਰਹਿ ਗਈ ਤੇਰੀ ਗੱਲ ਵੀ ਇਹਨਾਂ ਦੀ ਨਹੀਂ ਨਿਭਦੀ ਚੰਗੇ ਪੜ੍ਹੇ ਸੀ ਨਾ ਪਹਿਲਾਂ ਕਿਉਂ ਐਵੇਂ ਬਿਨਾਂ ਫਾਲਤੂ ਤੂੰ ਬਦਨਾਮ ਹੋਈ ਜਾਂਦੀ ਇਹਨਾਂ ਦੇ ਵਿੱਚ ਕਾਹਦੀ ਖਾਤਰ ਨਾਲੇ ਮੇਰੀ ਗੱਲ ਸੁਣ ਵੇ ਤੈਨੂੰ ਕਿਹੜਾ ਕਰੂਗਾ ਹੁਣ ਡੋਲਾ ਕੋਈ ਨਾ ਬਥੇਰਾ ਹੋ ਜੂ ਡੋਲਾ ਤਾਂ ਤੂੰ ਡੋਲਿਆਂ ਦੀ ਚਿੰਤਾ ਨਾ ਕਰ ਪਰ ਧੱਕੇ ਨਾਲ ਨਾ ਇਹਦਾ ਸਿਰ ਨਾਲ ਰੜਕਾ ਮੈਂ ਤੈਨੂੰ ਦੱਸਾਂ ਗੱਲ ਮਾਂ ਕਿਉਂ ਤੇਰੀਆਂ ਜੇਲ੍ਹ ਦੀਆਂ ਲਿਖੀਆਂ ਨੇ ਵੇ ਸੰਗ ਸ਼ਰਮ ਮੰਨ ਲਾ ਤੂੰ ਇਹਨਾਂ ਨੂੰ ਜੇਲ੍ਹ 'ਚ ਮਾਰ ਦੇਗਾ ਨਾ ਮਾਂ ਦੇ ਮਗਰ ਲੱਗਿਆ ਕਰ ਅੱਜ ਕੱਲ ਦੇ ਮੁੰਡੇ ਤਾਂ ਉਹੀ ਨਹੀਂ ਕਿਸੇ ਨੂੰ ਕੁਛ ਕਹਿੰਦੇ ਉਹ ਪੁੱਤ ਇਹਨਾਂ ਦੇ ਖਾਨੇ 'ਚ ਗੱਲ ਬਾੜ ਦੇ ਇਹਨਾਂ ਨੂੰ ਸਮਝਾ ਦੇ ਮੈਂ ਇਹ ਨਹੀਂ ਦੇਖਣਾ ਵੀ ਇਹ ਮੇਰਾ ਪੁੱਤ ਹੈ ਤੇ ਇਹ ਮੇਰੀ ਘਰ ਵਾਲੀ ਹੈ ਮੈਂ ਇਹਨਾਂ ਨੂੰ ਦੋਨਾਂ ਨੂੰ ਖੱਲਿਆ ਕਰਾਂ ਜਦੋਂ ਬਾਅਦ 'ਚ ਇਹਨਾਂ ਨੇ ਕੁੜੀ ਨੂੰ ਤੰਗ ਕੀਤਾ ਮੇਰੀ ਗੱਲ ਸੁਣ ਬਾਪੂ ਜੇ ਤਾਂ ਟਿਕਦੇ ਨੇ ਟਿਕਦੇ ਨੇ ਨਹੀਂ ਤੂੰ ਡਾਂਗ ਚੱਕ ਲੈ ਤੈਨੂੰ ਕੋਈ ਨਹੀਂ ਰੋਕਦਾ ਪਰ ਇਹ ਨਹੀਂ ਹੈਗਾ ਵੀ ਕਿਸੇ ਬਗਾਨੀ ਧੀ ਤੇ ਅਤਿਆਚਾਰ ਕਰੀ ਜਾਓ ਕੀ ਗੱਲ ਇਹੀ ਹੋ ਗਏ ਵੱਡੇ ਨੌਡੀ ਖਾਂ ਇਹ ਇਸ ਘਰ ਦੀ ਮਾਲਕ ਨਹੀਂ ਜਾਂ ਮੈਂ ਇਸ ਘਰ ਦੀ ਮਾਲਕ ਨਹੀਂ ਹੈਗੀ ਅਸੀਂ ਬਰਾਬਰ ਦੇ ਹੱਕਦਾਰ ਆ ਵੀਰ ਓਏ ਤੂੰ ਆ ਗਈ ਹੱਕਦਾਰ ਵਿਆਹਤੀ ਵਰਤੀ ਤੇਰਾ ਹੱਕ ਇੱਥੇ ਅੜਿਆ ਖੜਾ ਹੈ ਖਬਰਦਾਰ ਹੋਏ ਵੱਧ ਘੱਟ ਬੋਲੀਏਗੀ ਨਾਲੇ ਮੈਂ ਕਿਸੇ ਤੋਂ ਡਾਂਗਾ ਨਹੀਂ ਖਾਂਦੀ ਬਥੇਰੀਆਂ ਡਾਂਗਾ ਖਾ ਲੀਆਂ ਹੁਣ ਤੱਕ ਅਸੀਂ ਤਾਂ ਮਾਂ ਪੁੱਤਾਂ ਦੀਆਂ ਅੱਡ ਪਕਾ ਕੇ ਖਾ ਲਾਂਗੇ ਅਸੀਂ ਨਹੀਂ ਕਿਸੇ ਦੀ ਹੀਣ ਚੱਲਦੇ ਹੁਣ ਚੱਲ ਕੋਈ ਨਹੀਂ ਪਿਆ ਬਾਪੂ ਪਕਾ ਲੈਂਦੇ ਇਹਨਾਂ ਨੂੰ ਅੱਡ ਕੁੜੀਆ ਤੂੰ ਜੇ ਰੋਟੀ ਪਕਾਇਆ ਕਰੇਂਗੀ ਜੇ ਰੋਟੀ ਖਾਣੀ ਹੈ ਇਹ ਚੱਕ ਕੇ ਖਾਣਗੇ ਨਹੀਂ ਕੋਈ ਮਤ ਬਣਨੀ ਜੇ ਤੇਰੇ ਮਾਰਦੇ ਨੇ ਬਰਾਬਰ ਮੂਹਰੇ ਹੋ ਜਾ ਮੇਰੀ ਮਾਂ ਮੇਰਾ ਭਰਾ ਜਿਹੜਾ ਕੋਈ ਤੈਨੂੰ ਬੋਲੂਗਾ ਸਾਨੂੰ ਲਾਈ ਫੋਨ ਇਹਦੂ ਬਾਅਦ ਫਿਰ ਇਹਨਾਂ ਨੂੰ ਮੈਂ ਦੇਖੂ ਤੇਰੇ ਨਾਲ ਮੈਂ ਚੱਲੂ ਥਾਣੇ 'ਚ ਇਹਨਾਂ ਤੇ ਕਰਾਵਾਂਗੇ ਰਿਪੋਰਟ ਕੋਈ ਨਾ ਇਹ ਤਾਂ ਆਪ ਹੀ ਥਾਣੇ ਜਾਣ ਨੂੰ ਤਿਆਰ ਹੋ ਰਹੇ ਨੇ ਇਹਨਾਂ ਦੇ ਉਹਦੀ ਲੈ ਜੂ ਪੁਲਿਸ ਚੱਕ ਜਿਹੜੀਆਂ ਇਹ ਗੱਲਾਂ ਕਰਦੇ ਨੇ ਭਾਈ ਅੱਗੇ ਤੇਰਾ ਵਿਆਹ ਕਿਤੇ ਹੋਰ ਕਰਾਂਗੇ ਜਿਹੜੇ ਗੱਲਾਂ ਸੁਣ ਲੈ ਇਹਨਾਂ ਦੀਆਂ ਕੋਈ ਨਾ ਤੈਨੂੰ ਤਾਂ ਮੈਂ ਲਿਆਉ ਦੋਨੀ 'ਚ ਬਿਠਾ ਕੇ ਨਵੀਂ ਤੀਵੀਂ ਤੇਰੀ ਜ਼ਿਆਦੇ ਚਾਂਬਲੀ ਜਾਂਦਾਗਾ ਉਹ ਛੇਰਾ ਚੁੱਪ ਕਰਕੇ ਕਿਉਂ ਬੈਠਾ ਮਾੜਾ ਮੋਟਾ ਸਮਝਾ ਭਾਈ ਇਹਨਾਂ ਨੂੰ ਉਹ ਬਾਪੂ ਜੀ ਇੰਨਾ ਕੁਛ ਤਾਂ ਤੁਸੀਂ ਕਹਿਤਾ ਬੰਦੇ ਨੂੰ ਉਹਦੀ ਸ਼ਰਮ ਆ ਜਾਂਦੀ ਹੈ ਮਾੜੀ ਜੀ ਗੱਲ ਕਹੇ ਤੋਂ ਇਹਦਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਜਿਹੜਾ ਕੋਈ ਮਾੜੀ ਮੋਟੀ ਸ਼ਰਮ ਹੀ ਨਹੀਂ ਮੰਨਦੇ ਨਾਲੇ ਮੇਰੀ ਗੱਲ ਸੁਣ ਲੈ ਪਹਿਲਾਂ ਮੈਂ ਕੱਲਾ ਸੀ ਹੁਣ ਕੁੜੀ ਹੈ ਮੇਰੇ ਨਾਲ ਪਰਾਉਣਾ ਹੈ ਕੱਲ ਨੂੰ ਜੇ ਤੁਸੀਂ ਕੁੜੀ ਨਾਲ ਅਤਿਆਚਾਰ ਕਰੋਗੇ ਇਹ ਜਾ ਕੇ ਬੰਦੀ ਅਸੀਂ ਇਹਦੇ ਨਾਲ ਖੜਾਂਗੇ ਫੇਰ ਨਾ ਕਹੋ ਵੀ ਆ ਕੀ ਬਣ ਗਿਆ ਆਹੋ ਕੁੜੀ ਹੈ ਪਰਾਉਣਾ ਨਾਲ ਤਾਂ ਹੀ ਮੁਰਗੇ ਵਾਂਗੂ ਤਾੜਾ ਮਾਰਦਾ ਹੈ ਕੱਲਾ ਬੋਲ ਕੇ ਦਿਖਾਉਂਦਾਗਾ ਸਾਡੇ ਮੂਹਰੇ ਉਹ ਛੋਡੇ ਜੋਗਰਾ ਤਾਂ ਮੈਂ ਹੈਗਾ ਹੈਗਾ ਛੋਡੇ ਜੋਗਰਾ ਮਾਂ ਤੂੰ ਐ ਕਿਉਂ ਨਹੀਂ ਕਹਿੰਦੀ ਵੀ ਚੱਲ ਕੋਈ ਗੱਲ ਨਹੀਂ ਮੈਂ ਆਪਦੀ ਧੀ ਨੂੰ ਗੱਲ ਲਾਉਣੀ ਹੈਗੀ ਇਹਦੇ ਨਾਲ ਤੈਨੂੰ ਹੋ ਕੀ ਜਾਊਗਾ ਜੇ ਚੱਲ ਨਹੀਂ ਵੀ ਉਹਨੂੰ ਕੋਈ ਕੰਮ ਕਾਰ ਆਉਂਦਾ ਤੂੰ ਸਿਖਾਇਆ ਲੈ ਮੈਨੂੰ ਨਹੀਂ ਤਾਂ ਕੰਮ ਸਿਖਾਏ ਸੀ ਨਹੀਂ ਸਿੱਖਦੀ ਨਹੀਂ ਹੈਗੀ ਵੀਰ ਗੱਲ ਨੂੰ ਆਉਂਦੀ ਆ ਮੂਹਰੋਂ ਜੇ ਕੰਮ ਕਰੂ ਮੱਤ ਦਿੰਨੀ ਆ ਅੱਧੀ ਸਾਬਣ ਛੱਡ ਦਿੰਦੀ ਆ ਭਾਂਡਿਆਂ 'ਚ ਤੂੰ ਭਾਂਡੇ ਦੇਖਿਆ ਕਰੇ ਤੇ ਮਾਂਜੇ ਇੱਕ ਕੰਮ ਵੀ ਨਹੀਂ ਚੱਜਦਾ ਮੇਰੀ ਗੱਲ ਸੁਣ ਤੂੰ ਇੱਕ ਪਾਸੇ ਹੋ ਕੇ ਬਹਿ ਜਾ ਜਿੱਦੇ ਇਹਨੇ ਕੋਈ ਕੰਮ ਖਰਾਬ ਕੀਤਾ ਨਾ ਸਾਨੂੰ ਦੱਸ ਦੀ ਅਸੀਂ ਦੇਖ ਲਾਂਗੇ ਆ ਕੇ ਵੀ ਆਹ ਅੱਜ ਇਹਨੇ ਕੰਮ ਖਰਾਬ ਕਰਤਾ ਬਿਨਾ ਮਤਲਬ ਤੋਂ ਤੂੰ ਵਿੱਚ ਜਮਾ ਨਾ ਬੋਲੀ ਉਹ ਛੇਰਾ ਕੰਮ ਸਾਰੇ ਵਧੀਆ ਕਰਦੀ ਐ ਇਹਨਾਂ ਦੇ ਉਹੀ ਖੋਪਰ 'ਚ ਗੰਦ ਭਰਿਆ ਹੋਇਆ ਕਬਾੜ ਜਿਹਾ ਜਿਹਾ ਕੁਛ ਹੈਗਾ ਦਿਮਾਗ ਉਹ ਜਿਹਾ ਵਰਤੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਭਾਬੀ ਆ ਚੱਕ ਬੈਗ ਜਾ ਤੂੰ ਅੰਦਰ ਜਾ ਜਿਹੜਾ ਕੋਈ ਨਹੀਂ ਹੁਣ ਬੋਲੂ ਤੇਰੇ ਨਾਲ ਤੂੰ ਆਪਦੇ ਪੇਕੀ ਫੋਨ ਨਹੀਂ ਕਰੇਂਗੀ ਹੁਣ ਅੱਜ ਤੋਂ ਬਾਅਦ ਮੈਨੂੰ ਫੋਨ ਕਰੇਂਗੀ ਜਾ ਤਾਰ ਬੈਗ ਅੰਦਰ ਚੱਲ ਜਾ ਲਿਆ ਚਾਹ ਦੀ ਘੁੱਟ ਬੜਾ ਤੂੰ ਕੰਮ ਤਾਂ ਸਾਰੇ ਨੇ ਬੜ ਗਏ ਬਹਿ ਗਈ ਲੈ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਹਾਂ ਮੈਂ ਤਾਂ ਠੀਕ ਹੈ ਤੂੰ ਦੱਸ ਮੈਂ ਵੀ ਵਧੀਆ ਮੈਂ ਖਾਜਾ ਨਾ ਪਾਣੀ ਲਿਆਉਣੀ ਤੇਰੇ ਜੋਗੀ ਪਾਣੀ ਦੇ ਮਾਰ ਗੋਲੀ ਮੈਂ ਤਾਂ ਤੇਰੇ ਵਾਸਤੇ ਖੁਸ਼ਖਬਰੀ ਲੈ ਕੇ ਆਈ ਦੀ ਲੈ ਕਿਹੜੀ ਖੁਸ਼ਖਬਰੀ ਲਈ ਹੁਣ ਤੂੰ ਲੈ ਕਹਿੰਦੀ ਤੇਰੀ ਖੁਸ਼ਖਬਰੀ ਲਈ ਤੂੰ ਹੁਣ ਤੈਨੂੰ ਪਤਾ ਨਹੀਂ ਹੈਗਾ ਇਹ ਆ ਲੈ ਆ ਚੱਕ ਫਰਦ ਤਾਂ ਮੈਂ ਲਈ ਕਢਾ ਅੱਛਾ ਜਿਹੜੀ ਤੁਹਾਡੇ ਹਿੱਸੇ ਦੀ ਜ਼ਮੀਨ ਬਣਦੀ ਤੀ ਆ ਦੇਖ ਐਂ ਰਹਿਣ ਦੇ ਨੂੰ ਕੌਣ ਅੱਜ ਖੇਤ ਗਿਆ ਹੋਇਆਗਾ ਇੱਥੇ ਰਹਿਣ ਦੇ ਤੇ ਅੱਛਾ ਹੁਣ ਇੱਥੇ ਕੱਲੇ ਸਾਈਨ ਰਹਿ ਗਏ ਕਰਾਉਣ ਵਾਲੇ ਨਹੀਂ ਇਹ ਤੇ ਨਹੀਂ ਸਾਈਨ ਕਰਾਉਣੀ ਇਹ ਤਾਂ ਫਰਦ ਹੈਗੀ ਕਾਗਜ਼ ਪੱਤਰ ਤਾਂ ਕਚਹਿਰੀਆਂ 'ਚ ਤਿਆਰ ਕਰਿਆ ਪਿਆ ਬਸ ਆਪਣੀ ਜਾਨ ਦੀ ਦੇਰੀ ਹੈਗੀ ਬਾਈ ਹੈ ਨਹੀਂ ਗਾ ਹੁਣ ਘਰੇ ਖੇਤ ਜਾ ਰਿਹਾ ਉਹ ਤਾਂ ਨਹੀਂ ਵਧੀਆ ਰਾਂਦ ਕੱਟੀ ਹੋਈ ਹੈ ਤੂੰ ਐਂ ਕਰ ਜੇ ਤੇਰੀ ਨੰਦ ਨੂੰ ਲਿਆ ਛੇਤੀ ਬੁਲਾ ਕੇ ਅੱਜ ਆਪਾਂ ਚੱਲੀਏ ਉੱਥੇ ਮੇਰਾ ਭਾਈ ਆਪਾਂ ਨੂੰ ਕਚਹਿਰੀਆਂ 'ਚ ਡਿੱਕੀ ਜਾਂਦਾ ਨਹੀਂ ਕਿਹੜੀ ਮੇਰੀ ਨੰਦ ਆ ਤੇਰੇ ਆਉਣ ਤੋਂ ਪਹਿਲਾਂ ਹੀ 2 ਘੰਟੇ ਹੋ ਗਏ ਗਈ ਨੂੰ ਉਹਨੂੰ ਕਿੱਥੇ ਗਈ ਹੈ ਉਹਦੇ ਆਏ ਸੀ ਸਹੁਰੇ ਲੈਣ ਆ ਸਾਡੇ ਵਾਲੇ ਬੋਗਣੇ ਭੇਜਤੀ ਕਾਹਨੂੰ ਪੁੱਛਦੀ ਆ ਮੈਂ ਤਾਂ ਬਥੇਰੇ ਬਹਾਨੇ ਬਣਾਏ ਸੀਗੇ ਵੀ 2 ਦਿਨ ਰਹਿਣ ਦੇ ਅਸੀਂ ਆਪੇ ਛੱਡ ਆਵਾਂਗੇ ਮੰਨਿਆ ਨਹੀਂ ਹੈਗਾ ਆਖੇ ਕੋਈ ਨਹੀਂ ਕੁੜੀ ਨੂੰ ਜਾਣ ਦੇ ਜੇ ਲੈਣ ਆਏ ਨੇ ਬੂ ਮੈਂ ਮਰ ਜਾਂ ਤੈਂ ਤਾਂ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫੇਰਤਾ ਨਹੀਂ ਮੈਨੂੰ 4 ਦਿਨ ਹੋ ਗਏ ਜੁੱਤੀਆਂ ਤੇ ਡਾਉਂਦੀ ਨੂੰ ਕਚਹਿਰੀਆਂ 'ਚ ਤੜਕੀ 9 ਵਜੇ ਜਾਂਦੀ ਆ 8 ਦੇ 5 ਵਜ ਜਾਂਦੇ ਨੇ ਕਚਹਿਰੀਆਂ 'ਚ ਬੈਠੀ ਨੂੰ ਪੈਰ
नी भाभी तू तो एवं मेरे ते भड़क जानी है ना, तू कड़ा मैंने फोन करे भी मैं अज आनी हाँ। नहीं मेरा बथेरा जी करता सी मैं रख ला, मेरी ना बेड़ा बैठी वाले भैन भरावान ने चलन नहीं दी है। अच्छा तेन मैं फोन कर दी ना, मैनू आए दस केड़े वेले तेन फोन कर दी। नहीं मैनू तो पानी पीन का भी टाइम लगता, सारा दिन मेरा कचहरिया च लंघ जाता। आ देख ला मेरे रंग कणी तो देख ला काला मरियाड़ वर्गा हो गया, तू नहीं मैनू फोन कर सकती थी आप तो। नहीं भाभी केड़े रंग की गल कर दी है, कोई ना मैं तेरे फेसियल करा लियोगी। नहीं तू तो कितने गाह ना टप जे अके तेरे मैं फेशियल करवा लूंगी, कुड़ी तो दो दिन रखी नहीं गई हैगी, फड़ा मार दिया बड़िया बड़िया। नहीं मेरा केड़ा जी नहीं करता सी उहनू रख ला, बेड़ा बैठी वाले मेरे चलन नहीं देंदे, चक के बैग ओहदी तैयार हो गई। मैं तो ना कहा बेड़ा बैठी वालों भी मैं नहीं कुड़ी तोड़ दी हैगी, वह तो कहने लै मेरा घर खराब हो जू, भाभी मैनू मेरे घरे जान दे, मेरा घर बस लैन दे, ओदे देख लै बैग चक के किवें आई सी बाघा टड दी। फिर ये गल्ला तू उदो कहनी है तिया हूं मेरे सामने रहेगी लैके गलों कह नहीं सकती थी कि भाई उदो का तो आई थी, पर सानू क्यों बुरे पवानी है। नहीं मैं बथेरा कुछ कहा भी बथेरी लड़ी हाँ अज, तेनू की लगता कि मैं लड़ी नहीं हैगी, मैं ताही दौर बैठी हाँ कली, आ भी चार दिन रखनी सी कुड़ी। मैं तो तू देख ला जिदे दी आई सी, मंजे तो पैर नहीं थले लाह दिता भी कोई नहीं मैं तो आपे काम कर लू, मैं तो इन्ने प्यार ना रखी सी, वह बेड़ा बैठी वाली मिनट च तुरपी चक के बैग, मैं की करा हूं। नहीं कोई बहाना ला दें, उ कह दें मेरा तो बीपी बद गया घट गया, चक्कर खा के डिग जाती उरे। नहीं जनानी च 365 चरित्र होंगे ने, एक छोटी जी चरित्र ही नहीं चला सकी तू। नहीं आ चलन नहीं देंदा साडे वाला बुग, चल हुण छड्ड परे जिहड़ी होगी, मेरी गल सुन। मैं तैनूं हाए कहनी आ भी अज तू रह जा, तड़के आपां जां तां उत्थे जा आवांगे, जां मैं इहनूं कह दूंगी भी बुला लिया उहनूं, कपड़े कुपड़े दवा दांगे बहाने नाल सैर भग चलांगे। इह कोई नहीं उहनूं बुला के लिआउंदा, तैनू भी पता दोनों भैन भाइयों की एक गल है, आपां जाना पऊगा आपे ही जावांगे किसी बहाने नाल। भी भाई देख तुसीं खड़े पैर बागे कुड़ी नूं, हुण कपड़ा लीड़ा तां असीं नहीं दबाउणी थी भी, दो चार सूट जे दबाने ने तुसीं साडे नाल तोड़ दो कुड़ी नूं। आहो हाँ। मैं तां इह कहनी आ तू तां बाहर बह जाईं उहनां दी सस कोले, मैं उत्थों सैन करा लूं अंदर, आपां सच उहनूं लिया के की करना नाले उरे। लै अके सैन करा लूं, काते सैन करा लेंगी, उत्थे कचहरियां च फोटो होऊगी, कल्ले सैना नाल नहीं कम चलदा हुण, पहला कम नहीं रहा है भी सटामती सैन होणगे। बू मैं मर जा लमिण तां सी कितें कल्ले सैन कराने ने, कोई नहीं उह तां आपां उत्थे जाके करा लियावांगे। नहीं तेनू यह कागजी कार्रवाई का कितने पता, जे इना तेन पता हों इतने तक गल पहुंचनी नहीं थी, हूं किधे की जमीन तेरे ना होंगी, तू तो बस एक बोलन जान दी गजन जान दी सिर चढ़ के। चल चंगा हूं मैनू पता भी मैं गलती कर ली, ता ही तेरिया सुनी जानी है, कोई ना फिर अज तो तू रहेगी, देख दे आ जाते हरदीप नू कोई कर दे हल। मेरी गल सुन, जे तेरे बाई का फोन आया ऊ तो मैं कह के आईनू भी मैं जानी हाँ, आए कह दी भी उरे आ रही है भाई कम थी, कोई कहते मैं रख ली। हाँ चल कोई नी मैं हाथ ने कह दूंगी जो फोन आया, आए पाले जे उन्हें आ गए तो फिर कहूगा की चक्की फिर होर। हूं जे मैं दोबारे पिंड जानी हाँ सवेरे उन्हें मैं फिर नहीं आन देना, कहूगा रोज बैग चक के पता नहीं कितने जानी कि तेन पति आ। चल कोई ना भाई हरजीत, असं तेन इतने बिठाया तेरे ना, असं ए गल करते भी जेडे कितने तू फड़ रखे ना भाई, ये तो अनपढ़ गवार बंदे करते होंगे ने, अजकल के जेडे पढ़े लिखे मुंडे ने नहीं यही गल करते, तू पता नहीं पतंदरा कि किता फड़ लिया भाई। मैं ते माता जमी नहीं बोलते, तुम तो उ सानू बिना गलतू ना मां बोली मेरे तो भैन ने लपड़ भी मारिया, की गलती साडी इह जी। मेरी गल सुना फिर की हो गया, जे तेरे लपड़ मारिया तेरी वड्डी भैन आ, लै मेरे मार ला चाहे चार मार ला, पर तू माड़ा मोटा तो दिमाग तो कम लै, जे तो हूं असि मां कुछ कहने आ, मां हूं सियानी बयानी है उन्होंने समझाते चंगे नहीं लगते, आपका भी दिल दुखी होंगे जो मां कोई दो गल बोलते हैं, तू इस घर सामभ सकता। मैं ये नहीं कहती भी तू मां ना लड़, मां आपकी जगह ते घर वाली आपकी जगह होंगी है। फिर भैने कुछ भी नहीं कहते, बिना गल तो झोला चक के तुर गई मेरी गल सुन, बिना मतलब तो कोई नहीं जाता है, जे तुम ओ लड़े जन बाहर कढ़िया ता ही अगली गई, नहीं ओनू कोई शौक है आपका घर छड़न वास्ते, मैनू ऐ दस भला दी। उन्हें नाले पता बेचारी ने एक गल भी नहीं कही, नाल दी नाल बैग चाके साडे नाल तुरे आई, जे उन्हें आई बैग चाके जाना सी फिर अज साडे नाल नहीं आउंदी सी, ओदी भरजाई तां चढ़ चढ़ बोलदी सी भी मैं नहीं तोरदी। सही गल कहंदी है तेरी भैण, साडे एक बोल ते आ गई ओह, ते तू मेरी गल सुन सियाणा बण बाई बण के आपदा घर संभाल, ना तू कलेस करिया कर ओहदे नाल, नाले तां आंढ गवांढ देखदा है नाले सोडा जलूस निकलदा है। ਬਾਈ ਦੇਖ ਮੈਂ ਕਲੇਸ਼ ਤਾਂ ਕਰਦਾ ਰਹਿਣਾ, ਜਿਲ ਚਲ ਤੁਸੀਂ ਕਹਿਣੇ ਹੋ ਤੁਹਾਨੂੰ ਲੱਗਦਾ ਮੈਂ ਤਾਂ ਨਾ ਬੋਲਿਆ ਕਰੂ ਬਾਈ। ਬੋਲਣ ਦਾ ਫਾਇਦਾ ਹੀ ਨਹੀਂ, ਇੱਕ ਚੁੱਪ ਕਹਿੰਦੇ 100 ਨੂੰ ਹਰਾਵੇ, ਉਹ ਵੀ ਤਾਂ ਵਿਚਾਰੀ ਚੁੱਪ ਕਰਕੇ ਸਹੀ ਜਾਂਦੀ ਆ। ਚਲ ਜੇ ਮਾਂ ਬੋਲਦੀ ਹੈ ਕਿਸੇ ਟਾਈਮ ਤੂੰ ਬਾਹਰ ਨੂੰ ਟਲ ਜਾ, ਐਨੇ ਨੂੰ ਬੋਲ ਕੇ ਨੂੰ ਸੱਸ ਲੜੀਆਂ ਇੱਕੋ ਚੁੱਲ੍ਹੇ ਚੜੀਆਂ, ਤੂੰ ਤਾਂ ਨਾ ਬੁਰਾ ਵੱਜ, ਘੱਟੋ ਘੱਟ ਉਹਨੂੰ ਐਂ ਤਾਂ ਹੋਵੇ ਭਾਬੀ ਨੂੰ ਵੀ ਮੇਰਾ ਬੰਦਾ ਤਾਂ ਮੇਰਾ ਸਾਥ ਦਿੰਦਾ, ਕਿਉਂ ਕੰਮ ਲਿਆ ਕੇਰਾ ਘਰ ਪੱਟਿਆ ਗਿਆ ਮੁੜ ਕੇ ਨਹੀਂ ਵਸਣਾ ਵੀਰੇ।
ਚੱਲ ਭੈਣੇ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੀ ਗੱਲ ਮੰਨ ਲੈਣਾ ਗਾ ਮੈਂ ਤਾਂ ਨਾ ਬੋਲੂਗਾ ਚੱਲਦੇ ਫਿਰ ਰਹਿੰਦੀ ਹੈ ਕਿ ਨਾ ਇਹ ਜੇ ਕੋਈ ਗਲਤੀ ਹੁੰਦੀ ਵੀ ਹੈ ਨਾ ਪਿਆਰ ਨਾਲ ਸਮਝਾ ਲਿਆ ਕਰੋ ਲੜਨ ਵਾਲੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ ਹੈ ਚੱਲ ਕੋਈ ਗੱਲ ਨਹੀਂ ਬਾਈ ਜਿਵੇਂ ਤੁਹਾਡੀ ਮਰਜ਼ੀ ਹੈ ਫਿਰ ਬੀਬੀ ਕਿਵੇਂ ਪੈ ਗਈ ਬੇਕਰਮੇ ਆ ਗਿਆ ਤੂੰ ਆਹੋ ਮੈਂ ਤਾਂ ਆ ਗਿਆ ਵੀ ਮੈਂ ਤਾਂ ਤੈਨੂੰ ਹੀ ਡੇਕਦੀ ਸੀ ਆਏ ਕਰ ਫੋਨ ਲਾ ਉਹਨਾਂ ਨੂੰ ਆਏ ਨਹੀਂ ਹਲੇ ਰਾਜ ਵਰਗੇ ਆਏ ਨਹੀਂ ਹੈਗੇ ਲੈ ਚੱਕ ਕੇ ਮੂੰਹ ਨੂੰ ਫੇਰ ਲੈ ਗਈ ਨਾਲ ਬੇ ਓਹੋ ਤੂੰ ਇੰਨੀਆਂ ਜਿਹੀ ਟੇਢੀਆਂ ਗੱਲਾਂ ਨਾ ਮੈਂ ਤੈਨੂੰ ਦੱਸਾਂ ਕਰਿਆ ਕਰ ਹੈਂ ਉਹਨਾਂ ਦੇ ਘਰੇ ਕੋਈ ਗੱਲ ਨਹੀਂ ਝਗੜਾ ਝਾਟਾ ਕੋਈ ਉਹਦੀ ਵਰਜਾਈ ਦਾ ਉਹ ਗੱਲ ਨਵੇੜ ਕੇ ਆਉਣਗੇ ਓਹੋ ਮੈਂ ਟੇਢੀ ਗੱਲ ਨਹੀਂ ਬੀਬੀ ਕਰਦਾ ਮੈਂ ਤਾਂ ਵੈਸੀ ਗੱਲ ਕਰੀ ਆ ਮੈਂ ਹੁਣ ਫੇਰ ਲੈ ਗਈ ਉਹਨੂੰ ਆ ਪਰਸੋਂ ਉੱਥੇ ਦਾ ਜਾ ਕੇ ਬੇ ਫੇਰ ਲਿਜਾਣ ਦਾ ਹੱਕ ਬਣਦੇ ਜੇ ਤਾਂ ਉਹਨਾਂ ਨੇ ਹੁਣ ਫੋਨ ਕਰਤਾ ਤੈਨੂੰ ਪਤਾ ਲੈਣ ਆਇਆ ਤੇ ਉਹਦੇ ਵਾਪਰ ਤੇ ਜਾਣੀ ਪਊਗਾ ਚੱਲ ਕੋਈ ਨਹੀਂ ਮੈਂ ਕਰ ਲੈਣਾ ਫੋਨ ਫਿਰ ਉਹਨੂੰ ਹੋਰ ਕਬੀਲਦਾਰਾਂ ਨੂੰ ਸੌ ਥਾਵੇਂ ਜਾਣਾ ਪੈਂਦਾ ਹੁੰਦਾ ਇੰਨੀਆਂ ਜਿਹੀਆਂ ਗੱਲਾਂ ਨਾ ਕਰਿਆ ਕਰ ਹਲੇ ਤੈਨੂੰ ਪਤਾ ਨਹੀਂ ਹੈਗਾ ਕਬੀਲਦਾਰੀ 'ਚ ਵੜਨਾ ਕਿਵੇਂ ਹੁੰਦਾ ਉਹ ਚੱਲ ਬੀਬੀ ਕੋਈ ਨਾ ਲੜਨਾ ਮੇਰੇ ਨਾਲ ਆ ਮੇਰੀ ਗੱਲ ਸੁਣ ਮੈਂ ਕੱਦੂ ਜਿਹਾ ਤੋੜ ਕੇ ਲਿਆ ਇਹ ਕੱਦੂ ਹੈਗਾ ਕੋਈ ਨਹੀਂ ਕਰ ਲਾਂਗੇ ਮੈਂ ਫੋਨ ਕਰ ਕੋਈ ਪਤਾ ਲੱਗ ਜੂਗਾ ਕਦੋਂ ਆਉਣਗੇ ਮੈਂ ਕੋਈ ਦਾਲ ਪਾਣੀ ਦਾ ਕਰ ਲੂੰਗੀ ਹੈਲੋ ਲੱਗੀ ਨਹੀਂ ਹਜੇ ਤਾਂ ਹਾਂ ਲੱਗ ਗਿਆ ਹੈਲੋ ਹਾਂ ਕਿਵੇਂ ਰਾਜ ਉਹ ਤੁਸੀਂ ਆਏ ਨਹੀਂ ਯਾਰ ਇੱਥੇ ਜਾ ਕੇ ਬਹਿ ਗਏ ਵੀ ਓਹੋ ਤੂੰ ਟਕਾਈ ਨਾਲ ਕਹਿ ਦੇ ਅੱਛਾ ਉਹ ਚੱਲ ਕੋਈ ਨਾ ਮੇਰੀ ਗੱਲ ਸੁਣ ਆ ਬੀਬੀ ਕਹਿੰਦੀ ਮੇਰੀ ਗੱਲ ਕਰਾ ਲਿਆ ਗੱਲ ਕਰ ਲੈ ਬੀਬੀ ਨਾਲ ਲੈ ਬੀਬੀ ਹੈਲੋ ਹਾਂ ਰਾਜ ਠੀਕ ਠਾਕ ਹੋ ਪੁੱਤ ਉਧਰ ਬਣ ਗਈ ਗੱਲ ਜਿਹੜੀ ਪਿੱਛੇ ਗਏ ਤੇ ਠੀਕ ਹੈ ਪੁੱਤ ਠੀਕ ਹੈ ਸ਼ਾਬਾਸ਼ ਤੁਹਾਡੇ ਉਹੀ ਗੱਲ ਹੈ ਕਿ ਦੋ ਜਣਿਆਂ ਨੂੰ ਮਲਿਆਉਂਦੇ ਹੁੰਦੇ ਨੇ ਪਾੜਦੇ ਨਹੀਂ ਹੁੰਦੇ ਹਾਂ ਚੰਗਾ ਪੁੱਤ ਐਂ ਤਾਂ ਮੈਨੂੰ ਪਤਾ ਸੀ ਵੀ ਤੂੰ ਸਿਆਣਾ ਅਮਨ ਵੀ ਸਿਆਣੀ ਹੈ ਹਾਂ ਕੋਈ ਨਾ ਕੋਈ ਤਾਂ ਗੱਲ ਕਰਕੇ ਹੀ ਆਉਂਗੇ ਠੀਕ ਹੈ ਕੋਈ ਨਹੀਂ ਟਕਿਆਈ ਨਾਲ ਆ ਜਾਓ ਕੋਈ ਗੱਲ ਨਹੀਂ ਠੀਕ ਹੈ ਲੈ ਵੇ ਆ ਕੱਟ ਦੇ ਕੀ ਕਹਿੰਦੇ ਕੋਈ ਨਹੀਂ ਆਉਣਗੇ ਉਹ ਟਕਿਆਈ ਨਾਲ ਓਏ ਅੱਜ ਹੀ ਆਉਣਗੇ ਕੱਲ ਨੂੰ ਆ ਜਾਣਗੇ ਅੱਜ ਹੱਥਾਂ ਤੱਕ ਆ ਜਾਣਗੇ ਫਿਰ ਕੀ ਹੋ ਗਿਆ ਆਪਾਂ ਨੇ ਕਰਾਉਣਾ ਵੀ ਕੀ ਹੈ ਕੰਮ ਆ ਮੈਂ ਆਪੇ ਕਰ ਲੂੰ ਆਉਂਦੀ ਨੂੰ ਉਹਦੇ ਨਾ ਹੈ ਬੀਬੀ ਕੀ ਰੌਲਾ ਉਹਨਾਂ ਦਾ ਬੇ ਉਹਦੇ ਪਾਈ ਪਰ ਜਾਈਦਾ ਰੌਲਾ ਥੋੜਾ ਜਿਹਾ ਉਹਦੀ ਮਾਂ ਦਾ ਸੁਭਾਅ ਤੱਤਾ ਹੈ ਤੈਨੂੰ ਪਤਾ ਹੀ ਆਪਾਂ ਤਾਂ ਅਗਲੀ ਨੂੰ ਮਾੜੀ ਵੀ ਨਹੀਂ ਕਹਿ ਸਕਦੇ ਕੀ ਪਤਾ ਹੁਣ ਉਹੀ ਗੱਲ ਹੈ ਕਿ ਕੀਰੇ ਚ ਕਾਣ ਮੀਣ ਹੈ ਭਾਈ ਉਹਦੀ ਪਰਜਾਈ ਮਾੜੀ ਹੈ ਕਿ ਉਹਦੀ ਮਾਂ ਮਾੜੀ ਹੈ ਮੈਂ ਕਿਵੇਂ ਕਹਿ ਦਿਆਂ ਉਹ ਚੱਲ ਮੈਨੂੰ ਤਾਂ ਬੀਬੀ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ ਬਾਲਾ ਵੀ ਕਿਹਦੇ ਚ ਕਾਣ ਮੀਣਾ ਉਹ ਬਹਿ ਜਿਹੜਾ ਬੰਦਾ ਉਹ ਹੁੰਦਾ ਨਾ ਉਹਦਾ ਡੰਡਾ ਖਿੱਚ ਲੇ ਫਿਰ ਬੇ ਫਿਰ ਹੋਰ ਹੁਣ ਕੁਛ ਤਾਂ ਕਹੂਗੀ ਉਹ ਜਦੋਂ ਕਹੀ ਹੈ ਕੋਈ ਗੱਲ ਤਾਂ ਹੁਣ ਕਰਕੇ ਹੀ ਆਊਗੀ ਨਹੀਂ ਉਹ ਬਾਈ ਆਉਂਦਾ ਤੁਰਿਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਚਾਰ ਮਿੱਠੀਆਂ ਮਾਰ ਕੇ ਨਾ ਕੱਲ ਨੂੰ ਜਾਣ ਵਾਸਤੇ ਮਨਾ ਲਈ ਬਾਈ ਨੂੰ ਨਹੀਂ ਕੋਈ ਨਹੀਂ ਕਿਰਾਂ ਤਾਂ ਮੈਂ ਕਹਿ ਦੂੰ ਜੇ ਨਾ ਮੰਨਿਆ ਭੈਣ ਮਣ ਕੇ ਤੂੰ ਕਹਿ ਦੀ ਹਾਂ ਤੂੰ ਨਾ ਕੋਈ ਪੂਰੀ ਪਾਈ ਕਿਸੇ ਪਾਸੇ ਚੰਗਾ ਚੁੱਪ ਕਰ ਜਾ ਗਿਆ ਆ ਗਿਆ ਕਿਤੋਂ ਹਾਂ ਆ ਗਿਆ ਹੋਰ ਪਿੰਡੇ ਠੀਕ ਠਾਕ ਸੀ ਪਿੰਡ ਹਾਂ ਬਾਈ ਠੀਕ ਠਾਕ ਵਧੀਆ ਤੂੰ ਦੱਸ ਨਹੀਂ ਮੈਨੂੰ 2 ਘੰਟੇ ਹੋ ਗਏ ਆਈ ਨੂੰ ਅੱਛਾ ਅੱਛਾ ਖੇਤ ਗਏ ਹੋਏ ਤੇ ਹਾਂ ਖੇਤ ਗਿਆ ਵੈ ਸੀਗਾ ਅੱਛਾ ਅੱਛਾ ਮੈਂ ਤਾਂ ਆ ਗਈ ਸੀ ਬਾਈ ਇਹਦੇ ਬਾਈ ਨੇ ਭੇਜਿਆ ਸੀ ਕਹਿੰਦਾ ਜਾ ਕੇ ਵੀ ਕੱਪੜੇ ਕੁੱਪੜੇ ਜਿਹਾ ਦਵਾਇਆ ਕਹਿੰਦਾ ਗਰਮੀ ਵਾਲੇ ਸੂਟ ਜੇ ਮਾ ਚੱਲ ਦਵਾਇਆ ਆਉਣੀ ਹੈ ਜਾ ਕੇ ਅੱਛਾ ਹੁਣ ਤਾਂ ਲਵਾ ਕੇ ਆਈ ਆ ਬਈ 5-7 ਹਜ਼ਾਰ ਕੀ ਕੱਪੜਿਆਂ ਨੂੰ ਸੀ ਇਹਨੂੰ ਤੇ ਕੋਈ ਨਹੀਂ ਮੇਰੀ ਭਰਜਾਈ ਹੁਣ ਜੇ ਲੈ ਕੇ ਦਿੰਦੇ ਤੇਰੇ ਕੀ ਭੀੜ ਹੁੰਦੀ ਹੈ ਕੋਈ ਗੱਲ ਨਹੀਂ ਅਸੀਂ ਤਾਂ ਸ਼ਹਿਰ ਜਾਵਾਂਗੇ ਮੈਂ ਤਾਂ ਐ ਕਹਿੰਦੀ ਸੀ ਵੀ ਅਸੀਂ ਕੱਲ ਨੂੰ ਜਾਵਾਂਗੇ ਸ਼ਹਿਰ ਤੇ ਨਾਲ ਤਾਂ ਅਸੀਂ ਅੰਜਲੀ ਨੂੰ 4 ਸੂਟ ਲੈ ਕੇ ਦੇ ਆਵਾਂਗੇ ਨਾਲ ਇਹ ਮੈਨੂੰ ਦਵਾ ਲਿਓਗੀ ਉਹ ਤੂੰ ਅੰਜਲੀ ਦਾ ਤਾਂ ਰਹਿਣ ਦੇ ਤੂੰ ਆਪਦੇ ਲਿਆ ਹੁਣ ਕੱਲ ਅੱਜ ਤਾਂ ਗਈ ਆ ਜਵਾਕੜੀ ਇੱਥੋਂ ਜਾ ਕੇ ਫੇਰ ਤੂੰ ਉਹਨਾਂ ਦੇ ਘਰੇ ਕੋਈ ਕਲੇਸ਼ ਪੈ ਜਾਊਗਾ ਲੈ ਬਾਈ ਕਲੇਸ਼ ਐਂ ਕਿਵੇਂ ਪੈ ਜਾਊਗਾ ਪਹਿਲਾਂ ਅਸੀਂ ਕਿਹੜਾ ਉੱਥੇ ਕੋਈ ਗੱਲ ਪੁੱਠੀ ਸਿੱਧੀ ਕਰਾਂਗੇ ਜਾ ਕੇ ਕੱਪੜੀ ਦਬਾਉਣੇ ਨੇ ਉਹਨੂੰ ਦਬਾ ਕੇ ਕੱਪੜੇ ਫੇਰ ਘਰੇ ਹੀ ਛੱਡ ਆਵਾਂਗੇ ਪੈਣੇ ਅਗਲਾ ਤਾਂ ਬਹਾਨਾ ਲੱਭ ਲੂ ਨਾ ਵੀ ਕੁੜੀ ਰੁੱਸ ਕੇ ਆਈ ਵੀ ਸੀ ਹੂੰ ਤਾਂ ਆਈ ਨਹੀਂ ਸੀਗੀ ਵੀ ਆਪਾਂ ਅੱਜ ਜਾ ਵੜਾਂਗੇ ਅਗਲਾ ਕਹੂਗਾ ਖਾਮਣੀ ਬਿੜਕਾ ਲੈਣ ਦੇ ਮਾਰੇ ਆ ਗਈ ਲੈ ਬੇ ਫੇਰ ਕੀ ਆ ਉਹਨਾਂ ਨੂੰ ਵੀ ਡਰ ਰਹੂਗਾ ਵੀ ਵਧੀਆ ਮਗਰ ਹੀ ਆ ਗਈਆਂ ਪਤਾ ਲੈਣ ਵੀ ਲੜਦੇ ਤਾਂ ਨਹੀਂ ਕੋਈ ਨਾਲੇ ਮੈਂ ਤੇਰੇ ਨੂੰ ਸਿਆਣਾਗਾ ਜਾਂਦੇ ਨੂੰ ਮੈਂ 2000 ਰੁਪਇਆ ਦੇਤਾ ਸੀ ਉਹਨੂੰ ਵੀ ਆਪਦੇ ਕੱਪੜੇ ਆਪੇ ਲੈ ਲਈ ਉਹ ਮੈਂ ਮਰ ਜਾਂ ਮੈਨੂੰ ਤਾਂ ਦੱਸਿਆ ਨਹੀਂ ਬੇ ਕੱਪੜੇ ਲੈ ਦਿੰਦੇ ਫਿਰ ਉਹਨੂੰ ਪੈਸੇ ਦੇਣ ਦੀ ਕੀ ਲੋੜ ਸੀ ਨਾ ਫੇਰ ਕੀ ਹੋ ਗਿਆ ਜੇ 2000 ਰੁਪਇਆ ਦੇਤਾ ਇਹੋ ਜਿਹੀਆਂ ਗੱਲਾਂ ਕਰਦੀ ਤੂੰ ਉਹਦਾ ਕਿਹੜਾ ਘਰ 'ਚ ਹਿੱਸਾ ਨਹੀਂ ਹੈਗਾ ਨਾਲੇ ਬਈ ਆਪਾਂ ਨੇ ਕਿਹੜਾ ਕਿਸੇ ਬਗਾਨੇ ਘਰੇ ਜਾਣਾ ਆਪਦੀ ਕੁੜੀ ਆ ਉਹ ਵੀ ਜੇ ਆਪਾਂ ਦਿਨੇ ਜਾਈਏ ਚਾਹੇ ਰਾਤ ਨੂੰ ਜਾਈਏ ਅਗਲਾ ਦੱਸ ਕੀ ਹੁੰਦਾ ਭੈਣੇ ਉਹ ਤਾਂ ਗੱਲ ਤੇਰੀ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਜਾਓ ਨਾ ਮੈਂ ਕਹਿੰਦਾ ਵੀ 5-7 ਦਿਨ ਰੋਕ ਕੇ ਜਾ ਵੜੋ ਜੇ ਜਾਣੀ ਆ ਵੀ ਹੁਣ ਤੁਰਤ ਪੈਰ ਨਾ ਜਾਓ ਮੈਨੂੰ ਤਾਂ ਐ ਤੀ ਵੀ ਚੱਲ ਆਈ ਬਾਈ ਨਾਲ ਤੇ ਇਹਨੂੰ ਦਵਾ ਜਾਂਦੀ ਕੱਪੜੇ ਨਾਲੇ 2 ਸੂਟ ਜਵਾਕੜੀ ਨੂੰ ਦਵਾਏ ਆਉਂਦੇ ਅਸੀਂ ਕਿੱਡੀ ਕੁ ਗੱਲ ਦੀ ਏ ਸ਼ਹਿਰ ਤੋਂ ਨਾਲ ਹੀ ਤਾਂ ਇਹਦਾ ਪਿੰਡ ਹੈਗਾ 10 ਮਿੰਟ ਅਸੀਂ ਜਾ ਆਉਂਦੀਆਂ ਓ ਯਾਰ ਕਿਹੜਾ ਸਮਝਾਵੇ ਤੈਨੂੰ ਪੈੜਾ ਲੱਗਦਾ ਬੰਦਾ ਜਾਂਦਾ ਰਹਿਣ ਦੇ ਦੇਖ ਲੈ ਭਾਬੀ ਫਿਰ ਤੁਸੀਂ ਕਹਿੰਦੇ ਹੋ ਮੈਂ ਇਹਦੇ ਨਾਲ ਬੋਲਦੀ ਆ ਐਂ ਵਿਆਹ ਤਾਂ ਕਰਦਾ ਇਹ ਮੈਂ ਦੱਸ ਕੁੜੀ ਕੋਲ ਜਾ ਕੇ ਕੀ ਕਰਨਾ ਹੈਗਾ ਜੇ ਜਾ ਆਉਂਗੀ ਉਹਦਾ ਪਤਾ ਸਾਰੀ ਲੈ ਕੇ ਆਉਂਗੀ
ਨਹੀਂ ਚੱਲ ਕੋਈ ਨਾ, ਫੇਰ ਕੀ ਹੋ ਗਿਆ? ਬਾਈ ਵੀ ਚੰਗੇ ਵਾਸਤੇ ਕਹਿੰਦਾ ਹੈ ਵੀ ਕਈ ਵਾਰੀ ਤੈਨੂੰ ਪਤਾ ਨਾ ਬੁੜੀ ਦਾ ਸੁਭਾਅ ਜਾ ਘੱਟ ਹੈਗਾ, ਦੇਖ ਕੇ ਤਾਂ ਉਹੀ ਨੀ ਜਰਦੀ, ਸੋਨੂੰ ਦੇਖ ਕੇ ਤਾਂ ਉਹੀ ਨੀ ਜਰਦੀ, ਉਹ ਪਹਿਲੀ ਲਾਲ ਸੂਹੀ ਹੋ ਜਾਂਦੀ ਉਹ। ਚੱਲ ਕੋਈ ਨਾ ਬਾਈ, ਫਿਰ ਅਸੀਂ 5-4 ਦਿਨ ਠਹਿਰ ਕੇ ਫੇਰ ਦਵਾ ਆਵਾਂਗੇ, ਕਿੱਡੀ ਕੁ ਗੱਲ ਇਹ। ਉਹ ਐਂ ਕਹਿੰਦਾ ਸੀ ਭੈਣੇ, ਮੈਂ ਹੋਰ ਤਾਂ ਕੀ ਆ, ਜਾਣ ਨੂੰ ਕਿਹੜਾ ਉਹਨਾਂ ਦਾ ਥਾਂ ਥੱਕਦਾਗਾ। ਹਾਂ ਹਾਂ, ਹੁਣ ਤਾਂ ਵੀ ਆਇਆ ਵੀ ਹੁਣ ਕੰਮ ਸਹੀ ਹੋਇਆ ਵਾ ਆਪਣਾ, ਰਸ ਦੀ ਬਸਦੀ ਆ ਜਵਾਕੜੀ, ਉੱਥੇ ਅੱਜ ਜਾ ਕੇ ਮੁੜ ਕੇ ਫੇਰ ਪੰਗਾ ਪੈ ਜਾਊਗਾ। ਨਾ ਬਾਈ, ਗੱਲ ਤੇਰੀ ਵੀ ਸੀ, ਚੱਲ ਕੋਈ ਗੱਲ ਨੀ, ਫੇਰ ਜਾਵਾਂਗੇ, ਫੇਰ ਕਿਹੜਾ ਦੂਰ ਹੁੰਦਾ ਹੈਗਾ, ਦੱਸ ਹੈ ਕਿੱਡੀ ਕੁ ਗੱਲ ਹੈਗੀ। ਚੱਲ ਬਣਾ ਲਓ ਸਬਜ਼ੀ ਸੁਬਜ਼ੀ ਜੀ, ਪਾਣੀ ਪੂਣੀ ਦੇ ਦਿੰਦੀ ਬਾਈ ਨੂੰ ਖੇਤੋਂ? ਬਸ ਪੀ ਲੈਣਾ ਭਾਈ ਮੈਂ। ਦੇਖ ਲੈ ਭਾਬੀ, ਐਂ ਵਿਆਹ ਤਾਂ ਕਰਦਾ, ਤੈਨੂੰ ਨੀ ਪਤਾ ਹੈਗਾ ਇਹਦਾ, ਮਿੰਟ ਚ ਕਹਿ ਤਾ ਨਾ ਵੀ ਜਾਣਾ ਨੀ ਹੈਗਾ ਮੇਰੀ ਭੈਣ ਕੋਲੇ, ਫਿਰ ਜੇ ਮੈਂ ਬੋਲਦੀ ਆ ਫਿਰ ਮੱਚ ਜਾਂਦਾ। ਤੂੰ ਕਿਹੜਾ ਕਹਾਂ ਪਿਆਰ ਨਾਲ ਕਹਿਆ ਉਹਨੂੰ ਵੀ ਭਾਈ ਨਾਲੇ ਅਸੀਂ ਮਾੜੀ ਮੋਟੀ ਬਿੜਕ ਲਿਆਵਾਂਗੇ, ਨਾਲੇ ਇੱਕ ਦੋ ਸੂਟ ਦਵਾਵਾਂਗੇ ਬਹਾਨੇ ਨਾਲ, ਤੂੰ ਤਾਂ ਹੋਰ ਹੀ ਕੁਛ ਲੈ ਕੇ ਬਹਿ ਜਾਂਦੀ ਹੈ। ਭਾਬੀ ਜਦੋਂ ਪਹਿਲਾਂ ਹੀ ਇਹ ਨੰਨਾ ਪਾ ਦਿੰਦਾ ਨਾ, ਫਿਰ ਮੈਨੂੰ ਗੁੱਸਾ ਚੜ ਜਾਂਦਾ ਇੱਥੇ। ਨੰਨਾ ਪਾ ਉਹਨੂੰ ਗਾਂ ਮਕਲਾਵਾ ਲੈਣ ਜਾਣਾ ਤੀ, ਵੀ ਉੱਥੇ ਬਰਾਤ ਅਗਲੇ ਪੁੱਠੀ ਮੋੜ ਦੇਣਗੇ, ਗੱਲਾਂ ਦੇਖ ਲੈ ਕਿਹੜੀਆਂ ਕਰਦੀ ਆ, ਮੈਂ ਤੇਰੇ ਤੇ ਹੈਰਾਨ ਆ, ਪਤਾ ਨੀ ਤੇਰਾ ਦਿਮਾਗ ਕਿੱਦੇ ਕੰਮ ਕਰਨ ਲੱਗੂਗਾ ਕਿੱਦੇ ਨਾ, ਮੇਰੇ ਤਾਂ ਅੱਗੇ ਆਈ ਵਾਈ ਦਾ ਵੀ ਬੇਅਵਾਇਆ ਵਰਗਾ ਕੰਮ ਕਰਤਾ ਤੁਸੀਂ ਨੇ, ਹੁਣ ਮੈਂ ਫੇਰ ਆਉਂਗੀ ਦੁਬਾਰੇ? ਨਹੀਂ ਚੱਲ ਕੋਈ ਨੀ, ਫੇਰ ਹਫ਼ਤੇ ਗੁੰਜਾ ਆਵਾਂਗੇ, ਤੂੰ ਐਂ ਕਰੀ ਅਗਲੇ ਐਤਵਾਰ ਆ ਜੀ, ਆਪਾਂ ਉਦੋਂ ਚੱਲ ਲਿਆਵਾਂਗੇ, ਆਪਾਂ ਇਹਨੂੰ ਪੁੱਛਦੇ ਹੀ ਨਹੀਂ ਹੈਗੇ। ਹੋਰ ਮੈਨੂੰ ਤਾਂ ਇਹੀ ਕੰਮ ਰਹੇਗਾ, ਕਦੇ ਬਸ ਉਧਰ ਨੂੰ ਚੜ ਜਾ, ਕਦੇ ਉਧਰੋਂ ਇੱਧਰ ਨੂੰ ਚੜ ਜਾ, ਮੇਰੇ ਵੀ ਘਰੇ ਛਿੱਤਰ ਪੈਂਦੇ ਨੇ। ਨਹੀਂ ਚੱਲ ਕੋਈ ਨੀ, ਹੁਣ ਆ ਜਿਹੜਾ ਬਿੱਡਣਾ ਬਿੱਡਿਆ ਇਹ ਤਾਂ ਪੂਰ ਲਾਵਾਂਗੇ। ਕਾਹਨੂੰ ਭੇੜੀ, ਤੇਰੇ ਚ ਵੀ ਦਮਾ ਹੈ ਨੀਗਾ ਕਰਨ ਕਰਾਉਣ ਨੂੰ, ਤੂੰ ਜੋ ਉਹਦੀ ਨਾ ਕੁੜੀ ਨੂੰ ਜਾਣ ਦਿੰਦੀ, 100 ਬਹਾਨਾ ਲਾਉਂਦੀ, ਤੇ ਖਾਏ ਕਹਿੰਦੀ ਤੂੰ ਬਾਈ ਤੜਕੇ ਲੈ ਜਾ, ਕਿੱਡੀ ਕੁ ਗੱਲ ਤੀਗੀ, ਹੜ ਜੋ ਨਹੀਂ ਹੈਗੀ ਤੂੰ ਵੀ ਬਸ। ਮੇਰੀ ਗੱਲ ਸੁਣ ਭਾਬੀ, ਪਤਾ ਹੁਣ ਦੇਖ ਅਸੀਂ ਤਾਂ ਜਾਣੇ ਆਂਗੇ, ਜੇ ਕੋਈ ਵੀ ਗੱਲ ਤੁਹਾਨੂੰ ਮਾਂ ਕਹਿੰਦੀ ਹੈ ਨਾ, ਚੱਲ ਕੋਈ ਗੱਲ ਨੀ, ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ, ਚੁੱਪ ਕਰਕੇ ਮਾੜਾ ਮੋਟਾ ਪਾਸਾ ਵੱਟ ਕੇ ਬਹਿ ਜਾਈਦਾ ਹੁੰਦਾ। ਉਹ ਤਾਂ ਗੱਲ ਠੀਕ ਹੈ ਦੀਦੀ ਤੁਹਾਡੀ, ਤੁਹਾਨੂੰ ਤਾਂ ਪਤਾ ਹੀ ਆ ਮੈਂ ਅੱਗੇ ਕਿੰਨਾ ਕੁ ਬੋਲਦੀ ਸੀ, ਜਿਹੜਾ ਹੁਣ ਬੋਲੂੰਗੀ, ਹਮੇਸ਼ਾ ਹੀ ਚੁੱਪ ਵੱਟ ਕੇ ਰਹਿੰਦੀ ਸੀ ਤੇ ਹੁਣ ਅੱਗੇ ਉਵੇਂ ਹੀ ਰਹੂੰਗੀ। ਚੱਲ ਐਂ ਤਾਂ ਮੈਨੂੰ ਪਤਾ ਹੈ ਮੇਰੀ ਭਾਬੀ, ਚੱਲ ਸਾਡੀਆਂ ਗੱਲਾਂ ਨਾ ਮਾਣ ਰੱਖਦੀ ਹੈ। ਇੱਕ ਗੱਲ ਹੋਰ ਹੈ, ਜੇ ਕੋਈ ਵੀ ਗੱਲ ਕਿੰਨੇ ਵੀ ਤੈਨੂੰ ਐਂ ਕਹਿ ਦੇਣ ਵੀ ਧੱਕੇ ਮਾਰ ਮਾਰ ਘਰੋਂ ਕੱਢਦੇ, ਪਰ ਤੇਰੇ ਪੇਕਿਆਂ ਨੂੰ ਫੋਨ ਨੀ ਤੂੰ ਕਰੇਂਗੀ, ਠੀਕ ਹੈ? ਮੇਰੇ ਕੋਲੇ ਆ ਜੀ, ਮੈਨੂੰ ਫੋਨ ਕਰਦੀ, ਤੈਨੂੰ ਉਸੇ ਟਾਈਮ ਲੈ ਕੇ ਜਾਊਂਗੀ। ਹਰਜੀਤ ਨੂੰ ਅਸੀਂ ਬਹੁਤ ਸਮਝਿਆ ਤਾਂ, ਜੇ ਹਰਜੀਤ ਵੀ ਬੋਲਦਾ, ਮਾਂ ਵੀ ਬੋਲਦੀ ਆ, ਕੋਈ ਵੀ ਬੰਦਾ ਬੋਲਦਾ, ਮੈਨੂੰ ਫੋਨ ਕਰੇਗੀ, ਪਿੰਡ ਨੀ ਫੋਨ ਕਰੇਗੀ। ਹਰਜੀਤ ਨੂੰ ਤਾਂ ਮੈਂ ਵੀ ਕਿੰਨੇ ਵਾਰੀ ਕਿਹਾ ਵੀ ਮੰਮੀ ਤਾਂ ਆਪਾਂ ਨੂੰ ਜਾਣ ਕੇ ਲੜਾਉਂਦੀ ਆ, ਪਰ ਉਹ ਨਾ ਮੇਰੀ ਗੱਲ ਕਦੇ ਸੁਣਦਾ ਹੀ ਨਹੀਂ ਹੈਗਾ, ਉਹਨੂੰ ਤਾਂ ਹਮੇਸ਼ਾ ਮੈਂ ਹੀ ਗਲਤ ਲੱਗਦੀ ਆ। ਅੰਜਲੀ ਪਤਾ ਕੀ ਆ, ਅਸੀਂ ਆਪਦੀ ਮਾਂ ਨੂੰ ਪਿਆਰ ਹੀ ਵਾਲਾ ਕਰਦੇ ਆਂਗੇ। ਪਹਿਲਾਂ ਮੈਨੂੰ ਵੀ ਮਾਂ ਦੀ ਹਰ ਇੱਕ ਗੱਲ ਨਾ ਐ ਲੱਗਦੀ ਹੁੰਦੀ ਵੀ ਮੇਰੀ ਮਾਂ ਸਹੀ ਹੈਗੀ, ਪਰ ਹੌਲੀ ਹੌਲੀ ਹਾਲਾਤ ਨਾ ਬੰਦੇ ਨੂੰ ਬਦਲ ਦਿੰਦੇ ਹੁੰਦੇ ਆ, ਸਾਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਚੱਲ ਕੋਈ ਨੀ, ਹਰ ਵਾਰ ਇਹ ਨੀ ਹੁੰਦਾ ਕਿ ਵੀ ਮਾਂ ਸਹੀ ਹੈਗੀ, ਕਈ ਵਾਰ ਮਾਂ ਪਿਓ ਵੀ ਗਲਤ ਹੋ ਜਾਂਦਾ ਹੁੰਦਾ, ਉਹਨਾਂ ਨੂੰ ਐਂ ਹੁੰਦਾ ਬਸ ਵੀ ਸਾਡੇ ਧੀ ਪੁੱਤ ਸਾਡੇ ਕਹਿਣੇ ਦੇ ਵਿੱਚ ਹੀ ਰਹਿਣ, ਜੋ ਗੱਲ ਮੇਰੇ ਬੱਚਿਆਂ ਨੂੰ ਮੈਂ ਕਹਿਣੀ ਆ ਉਹੀ ਸਹੀ ਹੁੰਦੀ ਆ। ਅੱਗੇ ਸਾਨੂੰ ਵੀ ਬਾਪੂ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਸੀ, ਪਰ ਹੁਣ ਪਤਾ ਲੱਗਦਾ ਜਾ ਕੇ ਬਾਪੂ ਸਹੀ ਕਹਿੰਦਾ ਸੀ, ਮਾਂ ਨੇ ਤਾਂ ਆਪਦੇ ਲਾੜ ਦੇ ਵਿੱਚ ਸਾਨੂੰ ਵਿਗਾੜ ਲਿਆ ਸੋਕਾ। ਉਹ ਤਾਂ ਗੱਲ ਤੁਹਾਡੀ ਠੀਕ ਹੈ ਦੀਦੀ, ਆਦਰ ਤਾਂ ਮੈਂ ਵੀ ਬਹੁਤ ਕਰਦੀ ਹਾਂ ਮੰਮੀ ਦਾ, ਕਦੇ ਉਹਨਾਂ ਦੀ ਗੱਲ ਨੀ ਮੋੜੀ, ਨਾ ਉਹਨਾਂ ਦੇ ਮੂਹਰੇ ਬੋਲਦੀ ਹਾਂ, ਬਾਕੀ ਐਵੇਂ ਹੀ ਹੈ ਵੀ ਬਸ ਅੱਗੇ ਤੋਂ ਮੇਰੇ ਨਾਲ ਚੰਗੇ ਤਰੀਕੇ ਨਾਲ ਰਹਿਣ, ਵੀ ਮੈਂ ਹੋਰ ਨੀ ਬਰਦਾਸ਼ਤ ਕਰ ਸਕਦੀ। ਚੱਲ ਕੋਈ ਗੱਲ ਨੀ, ਐ ਤਾਂ ਹੁਣ ਦੇਖ ਬਹੁਤ ਸਮਝਾ ਤਾ ਮਾਂ ਨੂੰ, ਪਰ ਜਿਹੜਾ ਮਾਂ ਦਾ ਸੁਭਾਅ ਉਹ ਤਾਂ ਨੀ ਦੇਖ ਬਦਲਦਾ, ਪਰ ਹਰਜੀਤ ਤੈਨੂੰ ਅੱਜ ਤੋਂ ਬਾਅਦ ਕੁਛ ਨੀ ਕਹਿੰਦਾ, ਉਹਨੂੰ ਅਸੀਂ ਆਖਿਆ ਸੀ, ਠੀਕ ਹੈ? ਮਾਂ ਦੀ ਗੱਲ ਦਾ ਕੀ ਹੈ, ਜੇ ਤੈਨੂੰ ਮਾੜਾ ਮੋਟਾ ਬੋਲਦੀ ਅੰਦਰ ਆ ਕੇ ਬਹਿ ਜਾ ਕਰ, 10 ਮਿੰਟ ਕੱਲੀ ਕਿੰਨਾ ਕੁ ਟਾਈਮ ਬੋਲੂਗੀ, ਤੈਨੂੰ ਪਤਾ ਦੇਖ ਮੇਰੀ ਮਾਂ, ਇੰਨਾ ਤਾਂ ਮੈਂ ਕਿੰਨਾ ਕੁ ਕਹਿ ਸਕਦੀ ਹਾਂ, ਮਾਂ ਨੂੰ ਇੱਕ ਸਮਝਾ ਸਕਦੇ ਹਾਂ, ਮਾਂ ਦੇ ਕੋਈ ਥੱਪੜ ਤਾਂ ਮਾਰ ਨੀ ਸਕਦੇ, ਹੈਨਾ? ਉਹ ਤਾਂ ਹੈ ਬਿਲਕੁਲ, ਬਾਕੀ ਦੀਦੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ, ਤੁਸੀਂ ਹਰਜੀਤ ਨੂੰ ਚੰਗਾ ਹੀ ਸਮਝਾਇਆ ਹੋਣਾ, ਤੇ ਬਾਕੀ ਮੈਂ ਵੀ ਆਪਦਾ ਘਰ ਬੰਨ ਕੇ ਰੱਖੂੰਗੀ, ਕੋਈ ਨੀ ਤੁਸੀਂ ਫਿਕਰ ਨਾ ਕਰੋ। ਸਹੀ ਗੱਲ ਆ, ਦੇਖ ਪਹਿਲਾਂ ਮੈਂ ਕਿੰਨਾ ਉਹ ਕਰਦੀ ਹੁੰਦੀ ਸੀ, ਹੌਲੀ ਹੌਲੀ ਮੈਨੂੰ ਵੀ ਤਾਂ ਸਮਝ ਆ ਗਈ, ਪਹਿਲਾਂ ਮੈਂ ਵੀ ਐਂ ਕਹਿੰਦੀ ਹੁੰਦੀ ਵੀ ਮੇਰੀ ਭਾਬੀ ਭੈੜੀ ਆ, ਪਰ ਹੌਲੀ ਹੌਲੀ ਕਹਿੰਦੇ ਹੁੰਦੇ ਆ ਹਾਲਾਤ ਬੰਦੇ ਨੂੰ ਬਦਲ ਦਿੰਦੇ ਹੁੰਦੇ ਨੇਗੇ। ਚੱਲ ਸ਼ੁਕਰ ਮਨਾ ਆਪਣੇ ਨਣਦ ਭਰਜਾਈ ਦੀ, ਵੈਗਰੂ ਨੇ ਦੇਖ ਇੰਨੀ ਬੰਨ ਲਾ ਸੀ, ਹੌਲੀ ਹੌਲੀ ਮਾਂ ਵੀ ਦੇਖੀ ਸਹੀ ਤੈਨੂੰ ਇੰਨਾ ਪਿਆਰ ਕਰਿਆ ਕਰੂਗੀ। ਹਾਂ ਬਸ ਬਾਬਾ ਜੀ ਉਹਨਾਂ ਨੂੰ ਵੀ ਥੋੜੀ ਜਿਹੀ ਮੱਤ ਦੇ ਦੇਣ ਕਿ ਮੇਰੇ ਨਾਲ ਨਫ਼ਰਤ ਨਾ ਕਰਨ। ਕੋਈ ਗੱਲ ਨੀ, ਉਹ ਵੀ ਦਿਨ ਦੂਰ ਨੀ ਜਿੱਦੇ ਤੁਸੀਂ ਨੂੰਹ ਸੱਸ ਦੇਖੀ ਸਹੀ, ਐ ਕਿਹਾ ਕਰੋਗੇ। ਚੱਲ ਕੋਈ ਨੀ ਭਾਈ, ਅਸੀਂ ਤਾਂ ਨੂੰਹ ਸੱਸ ਬਾਜ਼ਾਰ ਚੱਲੀਆਂ, ਤੂੰ ਵਹਿ ਜਾ ਕਰੇ। ਕੋਈ ਨੀ ਕੋਈ ਨੀ, ਮੈਂ ਤਾਂ ਚਾਹੁੰਦੀ ਆ ਵੀ ਇਹ ਦਿਨ ਜਲਦੀ ਜਲਦੀ ਆਵੇ, ਫਿਰ ਆਪਾਂ ਤਿੰਨੇ ਹੀ ਬਾਜ਼ਾਰ ਚੱਲੀਏ। ਸਹੀ ਗੱਲ ਹੈ, ਇਹ ਪਰਿਵਾਰ ਵੀ ਨਾ ਖੁਸ਼ੀਆਂ ਭਰਿਆ ਹੋ ਜਾਊਗਾ। ਹੁਣ ਮੈਨੂੰ ਪਤਾ ਮੇਰੇ ਸਹੁਰੇ ਘਰ ਚ ਮੈਂ ਇੰਨੀ
हे रब्बा मेरे पेके परिवार ते भी अपनी मेहर बना के रख, इन्हां दा भी आपसी प्यार पूरा बन जाए। लै भाई हरजीत असीं भी अज जाने आ वीरे ते सानू भी कम कार है, तैनू पता है, ते मेरी गल सुन लै, हुण घरे कोई लड़ाई झगड़ा ना करियो, तुहाडे मूहरे हथ बन के बेनती करदे आ, साथों भी नहीं भाई रोज रोज आया जांदा। ਬਾਈ ਹੱਥ ਤਾਂ ਕਾਹਨੂੰ ਬੰਨਣੇ ਨੇ, ਤੁਹਾਨੂੰ ਇਦੋਂ ਵੱਧ ਮੌਕਾ ਨਹੀਂ ਮਿਲੂ ਕੋਈ ਵੀ। ਚੱਲ ਚੰਗੀ ਗੱਲ ਹੈ ਬਾਈ, ਸ਼ੁਕਰ ਹੈ ਜੇ ਤੁਸੀਂ ਆਪਦੇ ਘਰੇ ਸਹੀ ਸਲਾਮਤ ਰਹੋ ਤਾਂ। ਅਸੀਂ ਤਾਂ ਭਾਈ ਕੱਲ ਦੇ ਹੱਥ ਬੰਨੀ ਜਾਂਦੇ ਹਾਂ, ਨਾਲੇ ਤੇਰੇ ਕੋਲੇ ਨਾਲੇ ਦੇਖ ਤੇਰੇ ਸਹੁਰੀ ਹੱਥ ਬੰਨ ਕੇ ਆਏ ਆਂਗੇ, ਇੱਕ ਤੇਰਾ ਘਰ ਵਸਾਉਣ ਦੇ ਮਾਰੇ। ਦੇਖ ਮਾਂ ਬਣ ਕੇ ਕੋਈ ਵੀ ਗਲਤੀਆਂ ਹੋ ਗਈਆਂ ਸਾਰੀਆਂ ਗੱਲਾਂ ਤੇ ਮਿੱਟੀ ਪਾ ਦੇ ਮੇਰੀ ਮਾਂ, ਬਸ ਹੁਣ ਨਾ ਆਪਦੀ ਨੂੰਹ ਨੂੰ ਗੱਲ ਨਾਲ ਲਾ ਲੈ, ਉਹੀ ਤੇਰੇ ਕੰਮ ਆਉਣੀ ਆ ਬੜਾਪੇ ਵੇਲੇ, ਨਾ ਕਿ ਮੈਂ। ਮੇਰੀ ਗੱਲ ਸੁਣ ਪੁੱਤ, ਗੱਲ ਨਾਲ ਲਾਉਣ ਨੂੰ ਕਿਹੜਾ ਮੈਂ ਉਹ ਸਿੱਟੀ ਹੋਈ ਹੈ, ਚਾਵਾਂ ਲਾਡਾ ਨਾਲ ਵਿਆਹ ਕੇ ਲਈ ਸੀ, ਪਰ ਥੋੜਾ ਜਿਹਾ ਉਹ ਵੀ ਹਿਸਾਬ ਨਾਲ ਚੱਲੇ। ਭਾਬੀ ਨੂੰ ਵੀ ਮੈਂ ਦੇਖ ਸਮਝਾਤਾ, ਭਾਬੀ ਹੁਣ ਤੇਰੇ ਕੰਨਿਓਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ, ਜੇ ਮਾਂ ਇੱਕ ਟਾਈਮ ਤੈਨੂੰ ਕੋਈ ਗੱਲ ਕਹਿੰਦੀ ਹੈ ਕੋਈ ਗੱਲ ਨਹੀਂ, 10 ਮਿੰਟ ਅੰਦਰ ਜਾ ਕੇ ਬਹਿ ਜਾ, ਗੁੱਸਾ ਢਹਿਲਾ ਹੋ ਜਾਂਦਾ ਹੁੰਦਾ ਵਾ। ਕੋਈ ਗੱਲ ਨਹੀਂ ਦੀਦੀ, ਮੈਂ ਵੀ ਹੁਣ ਤੁਹਾਡੇ ਸਾਰਿਆਂ ਦੇ ਬੈਠੇ 'ਚ ਇਹੀ ਗੱਲ ਕਰਨਾ ਚਾਹੁੰਦਾ ਵੀ ਕੱਲ ਨੂੰ ਸ਼ੇਰਾ ਚੱਲ ਤੂੰ ਉਹਦੇ ਬਾਗੀ, ਤੇਰੇ ਤਾਏ ਕੇ ਬਾਗੀ, ਗਾਹਾਂ ਵਾਸਤੇ ਪੁੱਤ ਇਹੀ ਜੀ ਗਲਤੀ ਨਾ ਕਰੀ ਵੀ ਇਹਨਾਂ ਨੂੰ ਕੋਈ ਮੌਕਾ ਮਿਲੇ। ਬਾਪੂ ਜੀ ਉਹਦੇ ਤਾਂ ਮੇਰੇ ਕੋਲ ਕੋਈ ਚਾਰਾ ਨਹੀਂ ਹੈਗਾ ਸੀ, ਤਾਂ ਜਾਣਾ ਪਿਆ ਮੈਨੂੰ, ਮੇਰਾ ਕਿਹੜਾ ਜੀ ਕਰਦਾ ਸੀ ਜਦੋਂ ਹਾਲਾਤ ਹੀ ਇਹੋ ਜਿਹੇ ਬਣ ਗਏ ਸੀਗੇ। ਚਲੋ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ, ਹੁਣ ਆਪਾਂ ਨਵੀਂ ਸ਼ੁਰੂਆਤ ਕਰਦੇ ਆ ਸਾਰੇ। ਆ ਗੱਲ ਕੀਤੀ ਭਾਬੀ ਨੇ ਵਧੀਆ, ਮੈਂ ਪਹਿਲਾਂ ਕਹਿ ਕੇ ਹਟਿਆ ਬਾਪੂ ਭਾਬੀ ਨੂੰ, ਮੈਂ ਕਿਹਾ ਜੇ ਕੋਈ ਗੱਲਬਾਤ ਹੁੰਦੀ ਹੈ ਤੇਰੇ ਪੇਕੀ ਫੋਨ ਨਹੀਂ ਲਾਏਗੀ ਤੂੰ ਮੈਨੂੰ ਫੋਨ ਲਾਏਗੀ, ਪਹਿਲਾਂ ਤਾਂ ਕੋਈ ਗੱਲ ਨਹੀਂ, ਐ ਮੇਰੀ ਮਾਂ ਏਡੀ ਵੀ ਕਮਲੀ ਨਹੀਂ ਵੀ ਆਪਦੀ ਨੂੰਹ ਨਾਲ ਲੜੂ, ਮੈਨੂੰ ਮੇਰੀ ਮਾਂ ਤੇ ਭਰੋਸਾ, ਮਾਂ ਮੈਥੋਂ ਵੀ ਜੇ ਕੋਈ ਤੈਨੂੰ ਵੱਧ ਘੱਟ ਬੋਲਿਆ ਗਿਆ ਮਾਫ ਕਰ ਦੇ ਮੇਰੀ ਮਾਂ ਬਣ ਕੇ। ਚੱਲ ਕੋਈ ਨਾ, ਆਪਦਾ ਘਰ ਵਸਾ ਲਓ। ਕੋਈ ਨਾ ਪੁੱਤ, ਹੱਥ ਨਾ ਬੰਨ, ਮੇਰੀ ਗੱਲ ਸੁਣ, ਇਹਨੂੰ ਇਹੀ ਗੱਲ ਸਮਝਾ ਜਾ ਭਾਈ, ਕੰਮ ਢੰਗ ਨਾਲ ਕਰ ਲਿਆ ਕਰ, ਠੀਕ ਹੈ, ਜਿਹੜੇ ਕੰਮ ਨੂੰ ਲੱਗੀ ਆ ਉਹਨੂੰ ਸ਼ੌਂਕ ਦਾ ਸਮਾਰ ਕੇ ਕੰਮ ਕਰ ਲਿਆ ਕਰ, ਉਲਟ ਪੁਲਟ ਨਾ ਕਰਿਆ ਕਰ, ਠੀਕ ਹੈ, ਉਹ ਸੋਹਣਾ ਨਹੀਂ ਲੱਗਦਾ ਪੁੱਤ। ਚੱਲ ਤੇਰੇ ਕਹਿਣ ਦੇ ਮੁਤਾਬਕ ਜਮਾਂ ਜੀਵ ਨੂੰ ਜਿੰਦਾ ਲਾ ਕੇ ਦੇਖ, ਠੀਕ ਹੈ, ਜਮਾਂ ਨਹੀਂ ਮੈਂ ਬੋਲਦੀ, ਕੁਛ ਨਹੀਂ ਕਹਿੰਦੀ, ਜੇ ਭਾਈ ਕੰਮ ਇਹ ਗਲਤ ਕਰੂ ਫੋਨ ਕਰੂ ਮੈਂ ਤੈਨੂੰ। ਚੱਲ ਚੰਗਾ ਚੰਗਾ ਕੋਈ ਗੱਲ ਨਹੀਂ, ਦੇਖ ਭਾਬੀ ਮਾਂ ਨੂੰ ਨਾ ਪੁੱਛ ਕੇ ਕੰਮ ਕਰ ਲਿਆ ਕਰ, ਜੇ ਕਈ ਵਾਰ ਕਿਸੇ ਕੰਮ ਦੀ ਨਹੀਂ ਸਮਝ ਆਉਂਦੀ ਤੈਨੂੰ ਪਤਾ, ਮਾਂ ਨੇ ਆਪ ਨਾ ਸਾਰੇ ਕੰਮ ਬਾਰੇ ਸਫਾਈ ਨਾ ਕੀਤੇ ਹੁੰਦੇ। ਓਏ ਆਵਣਾ, ਉਹਨੂੰ ਕੁੜੀ ਨੂੰ ਸਾਰਾ ਪਤਾ ਹੈ, ਸਿਆਣੀ ਕੁੜੀ ਹੈ, ਉਹਨੂੰ ਪਤਾ ਵੀ ਮੈਂ ਘਰ ਆਪਦਾ ਕਿਵੇਂ ਸੰਭਾਲਣਾ। ਚੱਲ ਕੋਈ ਗੱਲ ਨਹੀਂ, ਫਿਰ ਮਾਂ ਵੀ ਆਪਦੀ ਜਗ੍ਹਾ ਸਹੀ ਹੈ, ਮੇਰੀ ਮਾਂ ਨੇ ਕੰਮ ਸਾਰਾ ਸਫਾਈ ਨਾ ਕੀਤਾ, ਕੰਮ ਪਿੱਛੇ ਤਾਂ ਇਹ ਮੈਨੂੰ ਵੀ ਨਹੀਂ ਸੀ ਬਖਸ਼ਦੀ, ਲੜਦੀ ਲੜਦੀ ਹੁੰਦੀ ਸੀ ਮੇਰੇ ਨਾਲ। ਚੱਲ ਭਾਈ ਇਹ ਤਾਂ ਟੋਕੀ ਜਾਂਦੀ ਹੈ, ਇਹਦਾ ਕੀ ਮਤਲਬ ਹੈ ਵਿੱਚ ਫਾਨੇ ਲੈਣ ਦਾ, ਮੈਨੂੰ ਇਹਦੀ ਸਮਝ ਨਹੀਂ ਆਉਂਦੀ ਵੀ ਖੇਤ ਕਿੰਨਾ ਕੁ ਸਮਾਰ ਕੇ ਰੱਖਦਾ ਤੂੰ ਵਿੱਚ ਨੁਕਸ ਕੱਢਦਾ ਭਾਈ। ਮੇਰੀ ਗੱਲ ਸੁਣ, ਦੋਵਾਂ ਜੀਆਂ ਦੀ 100 ਲੜਾਈ ਹੁੰਦੀ ਹੈ, ਇਹ ਹੁੰਦੀ ਰਹਿੰਦੀ ਹੈ ਪਤੀ ਪਤਨੀ 'ਚ, ਇਹਦੇ ਵਿੱਚ ਤਾਂ ਟੰਗ ਡਿੱਕਾ ਲਾਉਂਦਾ, ਨਾ ਤੇਰਾ ਮਤਲਬ ਬਣਦਾ ਨਾ ਮੇਰਾ ਬਣਦਾ, ਇਹਨਾਂ ਨੂੰ ਨਾ ਰੋਕ। ਲੜਾਈ ਦੀ ਕੋਈ ਗੱਲ ਵੀ ਹੋਵੇ ਬਾਪੂ ਚੁੱਪ ਕਰ ਜਾ ਹੁਣ, ਫਿਰ ਮੇਰੀ ਗੱਲ ਸੁਣ, ਇਹਨਾਂ ਦੀ ਲੜਾਈ ਤਾਂ ਹੁੰਦੀ ਹੁੰਦੀ ਹੈਗੀ, ਵਿੱਚ ਤੁਸੀਂ ਆਪਦੀ ਪਾ ਲੈਂਦੇ ਹੋ, ਚਾਰੀ ਤੁਸੀਂ ਤਾਂ ਅੱਡੋ ਅੱਡ ਚਾਰਾਂ ਖੁੰਜਿਆਂ 'ਚ ਫੈਲ ਰਹੇ ਬੈਠੇ ਹੋ। ਇਹ ਤਾਂ ਆਪਾਂ ਹੀ ਐਂ ਕਹਿੰਦੇ ਨੇ ਵੀ ਇਹ ਜਿਉਂਦਾ ਕਿਉਂ ਫਿਰਦਾ, ਇਹ ਕਿਉਂ ਨਹੀਂ ਮਰਦਾ, ਆਹੀ ਗੱਲ ਹੈ ਵੀ ਇਹ ਮਾੜਾ ਮੋਟਾ ਸਾਥੋਂ ਪਾਸੇ ਹੋਵੇ ਤੇ ਇਹਨੂੰ ਅਸੀਂ ਦਬੱਲੀਏ। ਓਹੋ ਬਾਪੂ ਜੀ ਐਵੇਂ ਕਿਉਂ ਬੋਲਦੇ ਹੋ ਤੁਸੀਂ, ਇਹ ਜੀ ਕੋਈ ਗੱਲ ਨਹੀਂ ਹੈਗੀ ਜੀ। ਚੱਲ ਕੋਈ ਨਹੀਂ ਛੱਡੋ ਫਿਰ ਹੁਣ ਬਾਪੂ, ਤੂੰ ਵੀ ਨਾ ਵਾਰੀ ਵਾਰੀ ਉਹੀ ਗੱਲਾਂ ਚੱਕਿਆ ਕਰ, ਹਰਜੀਤ ਨੂੰ ਸਮਝਿਆ ਤਾਂ ਹੁਣ ਹਰਜੀਤ ਵੀ ਨਹੀਂ ਬੋਲਦਾ। ਲੈ ਚੱਲ ਮਾਂ ਮੇਰੀ ਗੱਲ ਸੁਣ, ਆ ਜਾ ਲੈ ਹੁਣ ਅਸੀਂ ਚੱਲਣਾ ਗਾ, ਸਾਨੂੰ ਤੋਰ ਕਰਵੇ ਦਾ ਸਾਨੂੰ। ਸਹੀ ਗੱਲ ਹੈ, ਚਾਰੀ ਕੁੱਟ ਹੋਰ ਪੀ ਲਓ, ਹੁਣ ਤਾਂ ਪੀ ਕੇ ਹਟਿਆ ਮਾਂ ਚਾਹ। ਕੁਛ ਨਾਲ ਬਣਾ ਦਿੰਨੀ ਆ ਦੀਦੀ, ਲੈ ਨਾ ਨਾ ਬਸ, ਤੈਨੂੰ ਨਹੀਂ ਪਤਾ ਅਸੀਂ ਤਾਂ ਐ ਕਹਿ ਕੇ ਆਏ ਸੀ ਵੀ ਸ਼ਾਮ ਨੂੰ ਆ ਜਾਾਂਗੇ, ਮਾਂ ਵਿਚਾਰੀ ਕੱਲ ਦੀ ਡੀਕੀ ਜਾਂਦੀ ਹੈਗੀ, ਜਾਣਾ ਅਸੀਂ ਵੀ। ਚਲੋ ਕੋਈ ਨਹੀਂ, ਮੇਰਾ ਤਾਂ ਕੋਈ ਤੁਸੀਂ ਦੁੱਖ ਸੁੱਖੀ ਨਹੀਂ ਪੁੱਛਦੇ, ਸਾਡੇ ਤਾਂ ਆਪਦੇ ਘਰੇ ਬਥੇਰਾ ਵੱਡਾ ਝਮੇਲਾ ਪੈ ਗਿਆ ਸੀਗਾ, ਤੁਹਾਡੇ ਕੋਲੇ ਗੱਲ ਹੀ ਨਹੀਂ ਕਰ ਪਾਏ ਅਸ ਤਾਂ। ਕੀ ਹੋ ਗਿਆ ਸੀ? ਪੁੱਛਣਾ ਉਹ ਕਰਮਾ ਨਾ, ਜਦੋਂ ਮਾਂ ਗਈ ਸੀਗੀ ਉੱਥੇ ਤੇਰੇ ਨਾਲ ਤਾਂ ਮਾਂ ਕੋਈ ਗੱਲ ਹੀ ਨਹੀਂ ਹੋਈ। ਮੈਨੂੰ ਤਾਂ ਕੁਛ ਦੱਸਿਆ ਹੀ ਨਹੀਂ ਕਿਸੇ ਨੇ, ਕੌਣ ਦੱਸਦਾ ਉਹੀ ਗੱਲ, ਸਾਡੇ ਤਾਂ ਆਪਦੇ ਨਹੀਂ ਰੰਡੀ ਰੋਣੇ ਮੁੱਕਦੇ ਹੈਗੇ। ਜੇ ਰੰਡੀ ਰੋਣੇ ਤੁਹਾਡੇ ਨਿਬੜਨ ਤਾਂ ਮੈਂ ਆਪਦੇ ਘਰ ਦਾ ਦੁੱਖ ਸੁੱਖ ਕਰਾਂ। ਕਰਮਾ ਬਾਈ ਵਿਆਹ ਕਰਾ ਲਿਆ ਸੀ ਜਦੋਂ ਮੇਰੀ ਮਾਂ ਉੱਥੇ ਗਈ ਸੀਗੀ ਮਣੀਕਰਨ। ਅੱਛਾ, ਹੋਰ ਉਹਦੇ ਨਾਲ ਗਾਹਾਂ ਇਹ ਜੀ ਠੱਗੀ ਹੋਈ ਬਾਪੂ, ਉਹ ਗਾਹਾਂ ਬੰਦਾ ਨਿਕਲਿਆ, ਨੌਂ ਲੱਖ ਰੁਪਇਆ ਪਤਾ ਨੀ 7 ਲੱਖ ਮੰਗੇ, ਉਹ ਮਸਾਂ ਅਸੀਂ ਕੁੱਟ ਕੇ ਤੋਰਿਆ। ਓ ਚੱਲ ਮੇਰੀ ਗੱਲ ਸੁਣ, ਉਹ ਤਾਂ ਪਰੇ ਨਿਬੜਿਆ ਕੰਮ, ਕਾਹਦੇ ਵਾਸਤੇ ਹੁਣ ਤੁਸੀਂ ਓ ਛੇਰਾ ਆਹੀ ਗੱਲ ਸਮਝਾਉਣਾ, ਇਹ ਜਿਹੜੀਆਂ ਵੈਵਤਾ ਕਰਦੇ ਨੇ ਐ ਬਣਦੀਆਂ ਤੁਹਾਡੇ ਵਰਗਿਆਂ ਨਾਲ। ਹੋਰ ਭੈਣ ਮਾਤ ਵਾਲਾ 1-1.5 ਲੱਖ ਰੁਪਏ ਦੇ ਥੱਲੇ ਆ ਗਏ ਅਸੀਂ ਤਾਂ। ਬਾਪੂ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਧੋਖਾ ਧੜੀਆਂ ਇੰਨੀਆਂ ਹੋਈ ਜਾਂਦੀਆਂ ਨੇ, ਦੇਖ ਬੰਦੇ ਤੀਵੀਆਂ ਬਣ ਬਣ ਵਿਆਹ ਕਰਾਈ ਜਾਂਦੇ ਨੇ, ਕਿਹੋ ਜਿਹਾ ਜ਼ਮਾਨਾ ਆ ਗਿਆ। ਓ ਭਾਈ ਆਪਾਂ ਨੂੰ ਤਾਂ ਲੱਗਦਾ ਵੀ ਆਪਣਾ ਆਪਦਾ ਕੋਈ ਆਪਣਾ ਕੰਮ ਕਰੂਗਾ, ਇਹ ਉਹਦਾ ਉਹਦੀ ਪਤਾ ਲੱਗਦਾ ਜੋ ਸਾਰਾ ਕੁਝ ਸੰਭਰ ਕੇ ਲੈ ਜਾਂਦਾ। ਹਾਂ ਨਹੀਂ ਫਿਰ ਦੀਦੀ ਕੀ ਹੋਇਆ ਉਹਦਾ? ਹੁਣ ਤਾਂ ਕੀ ਸੀਗਾ ਫਿਰ, ਭਜਾਇਆ ਤਾਂ ਉਹਨੂੰ ਬਲੈਕਮੇਲ ਕਰੀ ਜਾਂਦਾ ਸੀ ਗੱਲੇ ਨੂੰ,
ਬੰਨ ਲਿਆ ਜਦੋਂ ਉਹਦੀ ਮੰਨਣ ਲੱਗ ਗਿਆ ਤੋਤੇ ਵਾਂਗੂ ਸਾਰੀਆਂ ਗੱਲਾਂ, ਫਿਰ ਪੁਲਿਸ 'ਚ ਫੜਾ ਦਿੰਦੇ ਵੀਰੇ। ਉਹ ਚਾਰ ਰੋਣ ਲੱਗ ਗਿਆ, ਉਹ ਕਹਿੰਦਾ ਕਿ ਮੈਂ ਤਾਂ ਆਪਦੇ ਭਤੀਜੇ ਭਾਣਜੇ ਦਾ ਮਾਰਾ ਕਰਦਾ, ਕਹਿੰਦਾ ਮੇਰੀ ਭੈਣ ਮਰ ਗਈ ਸੀ, ਮਾਂ ਪਿਓ ਹੈ ਨੀ, ਕਹਿੰਦਾ ਉਹਦਾ ਮਾਰਾ ਠੱਗੀਆਂ ਮਾਰਦਾ ਸੀ, ਆਖਾ ਤੂੰ ਉਹਨੂੰ ਪੜਾ, ਮਿਹਨਤ ਨਾ ਪੜਾ। ਜੈ ਵੱਡੇ ਫਿਰ ਹਾਂ ਠੱਗੀਆਂ ਮਾਰੇਗਾ ਤੂੰ ਉਹਦੇ। ਹਾਂ ਹਾਂ ਜੈ ਵੱਡੇ, ਇਹੀ ਗੱਲ ਤੁਹਾਨੂੰ ਮੈਂ ਸਮਝਾਉਣਾ, ਉੱਥੇ ਵੱਡੇ ਵੱਡੇ ਨੇ ਚੀਕਾਂ ਨਿਕਲ ਜਾਂਦੇ ਨੇ ਜਦੋਂ ਪੁਲਿਸ ਲੈ ਜਾਂਦੇ ਆ ਫੜ ਕੇ। ਚੱਲ ਚੰਗਾ ਛੱਡੋ, ਤੁਸੀਂ ਤਾਂ ਮੁੜ ਖੜੋਤੀ ਆ ਜਾਂਦੇ, ਚੰਗਾ ਚੱਲ ਚੱਲ ਮਿਲਣਾ ਚਾਹੀਦਾ ਹੈਗਾ ਬਸ ਬੋਲਣ ਦਾ। ਚੰਗਾ ਮਾਂ ਫਿਰ ਚੰਗਾ ਪੁੱਤ, ਚੱਲਦੇ ਆ ਚੰਗਾ ਜੀ, ਇਹ ਬੰਦਾ ਚੰਗਾ ਠੀਕ ਹੈ, ਚੰਗਾ ਸਿਰਾ ਚੰਗਾ ਜੀ, ਚੰਗਾ ਪੁੱਤ ਚੰਗਾ ਮਾਂ, ਚੱਲ ਆ ਜਾ ਆ ਜਾ। ਹਾਂ ਮੈਂ ਤਾਂ ਠੀਕ ਠਾਕ ਹਾਂ, ਤੂੰ ਠੀਕ ਹੈ ਜੋਤਾ? ਅੱਛਾ ਹੋਰ ਸਾਰੇ ਘਰੇ ਠੀਕ ਨੇ? ਅੱਛਾ ਕੀ ਗੱਲ ਕਰਨੀ ਜੀ? ਕਰਮੇ ਦੇ ਰਿਸ਼ਤੇ ਬਾਰੇ? ਉਹ ਤਾਂ ਤੇਰੀ ਗੱਲ ਠੀਕ ਹੈ, ਦੇਖ ਪੁੱਤ ਤੈਨੂੰ ਪਤਾ ਹੀ ਹੈ ਪਹਿਲਾਂ ਮਸਾਂ ਦੇ ਹਾੜੇ ਕੱਟੇ ਨੇ, ਮਸਾਂ ਉਹ ਗਲੋਂ ਲਾਹੀ ਆ ਪਹਿਲਾਂ ਆਪਣੇ ਨਾਲ ਠੱਗੀ ਹੋ ਗਈ ਸੀ। ਹਾਂ ਹੁਣ ਕੋਈ ਚੱਜ ਦਾ ਦੇਖ ਲਈ ਭਾਈ, ਨਾ ਨਾ ਆਏ ਨਾ ਦੇਖ, ਤੂੰ ਉਹਨਾਂ ਨੂੰ ਦਿਖਾਉਣ ਵਾਸਤੇ ਲੈ ਕੇ ਪਹਿਲਾਂ ਦੇਖਾਂਗੇ ਆਪਾਂ ਕਿਵੇਂ ਦੇ ਬੰਦੇ ਨੇ, ਕਿਵੇਂ ਦੀ ਕੋਈ ਗੱਲਬਾਤ ਹੈ, ਪਹਿਲਾਂ ਮੈਂ ਆਪ ਆ ਕੇ ਦੇਖ ਕੇ ਜਾਊਂਗੀ ਵੀਰ। ਹਾਂ ਫਿਰ ਆਪਾਂ ਗਾਹਾਂ ਗੱਲ ਚਲਾਵਾਂਗੇ, ਅੱਜ ਕੱਲ੍ਹ ਠੱਗੀ ਠੋਰੀ ਵਾਹਲੀ ਹੁੰਦੀ ਹੈ, ਕਿਸੇ ਦੀ ਯਕੀਨ ਕਰਨ ਦੀ ਲੋੜ ਨਹੀਂ। ਹਾਂ 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 ਅੱਛਾ ਪਹਿਲਾਂ ਵਿਆਹੀ ਹੋਈ ਤੀ? ਕੁੜੀ ਹੈ 5 ਸਾਲ ਦੀ? ਚੱਲ ਐ ਤਾਂ ਠੀਕ ਹੈ ਫਿਰ, ਹੁਣ ਉਹ ਤਾਂ ਤੈਨੂੰ ਪਤਾ ਜਵਾਕ ਕਿੱਥੇ ਸਿੱਟਿਆ ਜਾਂਦਾ, ਪਰ ਤੈਨੂੰ ਪਤਾ ਹੀ ਹੈ ਕਿ ਜਵਾਕਾਂ ਦਾ ਫਿਰ ਮਗਰੋਂ ਤਾਂ ਔਖਾ ਹੀ ਹੋ ਜਾਂਦਾ, ਅੱਜ ਕੱਲ੍ਹ ਤਾਂ ਆਪਦੀ ਲਾਦ ਬਸ 'ਚ ਨਹੀਂ ਹੈਗੀ, ਹੈਂ ਕਿਸੇ ਦੇ ਨੂੰ ਅਗਲਾ ਕੀ ਕਰੂਗਾ। ਐਂ ਟੀ ਵੀ ਚੱਲ ਕੋਈ ਕੁਮਾਰੀ ਦਾ ਬਣ ਜਾਂਦਾ, ਹਲੇ ਕਿਹੜਾ ਜਾਇਰੋ ਦਾ ਇਹ ਵੱਡੋ ਵਾਰ ਹੋ ਗਿਆ, ਉਈ ਇਹਨੇ ਤਾਂ ਉਦੋਂ ਕਾਲ ਕਰੀ, ਹੈਂ ਉਈ ਲਾਜ ਲਵਾ ਕੇ ਖੜ ਗਿਆ, ਨਾਲੇ ਕੋਈ ਗੱਲ ਨਹੀਂ ਬਣੀ। ਹਾਂ ਹਾਂ ਨਾ ਚੱਲ ਕੋਈ ਨਾ, ਦੇਖ ਜੇ ਨਾ ਹੀ ਬਣਿਆ ਫਿਰ ਤਾਂ ਤੈਨੂੰ ਪਤਾ ਹੀ ਹੈ ਕਿ ਹੂੜਾ ਪੱਕਣਾ ਹੀ ਪਊਗਾ। ਹਾਂ ਕੋਈ ਨੀ ਕਰ ਲਾਂਗੇ ਫਿਰ, ਕਰ ਲਾਂਗੇ, ਹਰੇ ਖੜ ਜਾ ਤੂੰ, ਦੇਖ ਲਈ ਆਪਾਂ, ਜੇ ਕਿਧਰ ਕੋਈ ਹੋਰ ਬਣਦਾ ਦਿਸ਼ਾ ਤਾਂ ਹੋਰ ਸਹੀ, ਨਹੀਂ ਫਿਰ ਉਹ ਤਾਂ ਲਵਾਂਗੀ ਆਪਾਂ। ਹਾਂ ਨਾ ਨਾ ਕੋਈ ਨੀ ਕੋਈ ਨੀ, ਗੱਲ ਮੈਂ ਕਰ ਲੂ ਕਰਮੇ ਨਾਲ, ਕਰਮਾ ਕਿਹੜਾ ਮੈਥੋਂ ਬਾਹਰ ਆਏ, ਉਹ ਤਾਂ ਤੈਨੂੰ ਪਤਾ ਹੀ ਹੈ ਉਦੋਂ ਖਾਨੀ ਉਹਦੇ ਕਿ ਪੁੱਠੇ ਦਿਨ ਆਏ ਹੋਏ ਤੇ, ਅੱਗੇ ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਹੁੰਦੇ, ਤਾਂ ਕਰਕੇ ਧੋਖੇ ਜਾ ਗਿਆ ਉਦੋਂ। ਹਾਂ ਹਾਂ ਠੀਕ ਹੈ, ਨਾ ਕੋਈ ਨੀ ਮੈਂ ਕਰੂੰਗੀ ਗੱਲ ਕਰੂੰਗੀ, ਚੱਲ ਠੀਕ ਹੈ ਚੰਗਾ, ਰਿਸ਼ਤਾ ਇਹ ਨਾ ਖੁੰਝਣ ਨਹੀਂ ਤੂੰ ਹੱਥ 'ਚ ਰੱਖੀ। ਹਾਂ ਹਲੇ ਕੀ ਪਤਾ ਬਣੇ ਨਾ ਬਣੇ, ਫਿਰ ਇਹਨੂੰ ਲੈ ਆਵਾਂਗੇ। ਠੀਕ ਹੈ ਬੀਬੀ, ਆ ਕਿਹਦੇ ਕੋਲੇ ਮੇਰੀ ਤੂੰ ਇੱਜ਼ਤ ਬਣਾਈ ਜਾਂਦੀ ਸੀ? ਪਹਿਲਾਂ ਤੇਰੀ ਇੱਜ਼ਤ ਦੇ ਝੰਡੇ ਝੂਲਦੇ ਨੇ ਹਨਾ, ਤੈਂ ਬਥੇਰੀ ਮੇਰੀ ਇੱਜ਼ਤ ਪੱਟਤੀ ਪਿੰਡ ਦੇ ਵਿੱਚ, ਹਲੇ ਮਾਂਗਰਦੀ ਕਿ ਕੀ ਰਹਿ ਗਿਆ? ਮੈਨੂੰ ਐਂ ਦੱਸ, ਜੇ ਤੂੰ ਨਾ ਹਨਾ ਟਾਹਾ ਕਰਦਾ ਤੈਨੂੰ ਰਿਸ਼ਤਾ ਵਧੀਆ ਮਿਲ ਜਾਂਦਾ, ਜੇ ਉਦੋਂ ਦੇਰ ਮੈਂ ਹਾੜੇ ਕੱਢਦੀ ਸੀ ਵੀ ਲੈ ਲੈ ਰਿਸ਼ਤਾ, ਉਦਾਂ ਕੰਨਾ ਮਾਰ ਜਾਂਦਾ ਸੀ, ਨਾ 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 ਮੈਨੂੰ ਨੀ ਲੋੜ, ਹੁਣ ਮੇਰੇ ਮਗਰੋਂ ਤੈਨੂੰ ਲੋੜ ਹੋ ਗਈ, ਮੈਂ ਨਾ ਹੁਣ ਤੇ ਨਿਕਲ ਗਈ ਮਗਰੋਂ ਬੁਰਜ ਲਿਆ ਕੇ ਵਟਾ ਲਿਆ ਤੈਂ। ਚੱਲ ਫਿਰ ਹੁਣ ਜਿਹੜੀ ਗਲਤੀ ਹੋ ਗਈ ਹੋ ਗਈ, ਹੁਣ ਮੈਂ ਸਾਰਿਆਂ ਨੂੰ ਮਾਫੀ ਦਾ ਮੰਗ ਲਈ, ਹੁਣ ਤੂੰ ਵੀ ਨਾ ਆਉਣਾ, ਤੈਨੂੰ ਐਂ ਆ ਵੀ ਬਸ ਡੰਡਾਉਤ ਕਰ ਘਰ ਆਵੇ ਮੇਰੇ ਪੈਰਾਂ ਤੱਕ। ਇਹ ਵੀ ਮੇਰੇ ਤਾਂ ਗੱਲ ਰੜਕਦੀ ਰਹਿੰਦੀ ਹੈ, ਜਿੰਨਾ ਚਿਰ ਮੈਂ ਜਿਉਂ ਇਹ ਧੋਖਾ ਮੈਂ ਸਾਰੀ ਜ਼ਿੰਦਗੀ ਤੱਕ ਨਹੀਂ ਭੁੱਲਦੀ, ਜਿਹੜਾ ਟਾਈਮ ਮੇਰੇ ਨਾਲ ਕਰਵਾਇਆ, ਨਾਲੇ ਪੈਸੇ ਲਵਾਏ ਨੇ ਕਿਉਂ, ਨਾਲੇ ਪੱਟੀ ਵੇਸ ਕਰਾਈ ਹੈ, ਹੈਂ ਉਹ ਤਾਂ ਜੋਤ ਦਾ ਫੋਨ ਸੀ ਕਹਿੰਦੀ ਰਿਸ਼ਤਾ ਕਰਾਉਣੀ ਆ ਮੈਂ ਕਰਮੇ ਨੂੰ। ਉਹ ਰਹਿਣ ਦੇ ਮੈਨੂੰ ਤਾਂ ਵੀ ਲੋੜ ਨਹੀਂ, ਮੈਂ ਨਹੀਂ ਰਿਸ਼ਤਾ ਰੁਸਤਾ ਕਰਾਉਣਾ, ਐਵੇਂ ਪਹਿਲਾਂ ਠੱਗੀ ਜਾ ਕੇ ਹੁਣ ਦੁਬਾਰੇ ਫੇਰ ਠੱਗੀ ਜਾ ਜਾਂਗੇ। ਬਈ ਐ ਹੁਣ ਕੁੜੀ ਤਾਂ ਠੱਗੀ ਕਰਦੀ, ਉਹ ਤਾਂ ਕੋਈ ਜਦੋਂ ਓਪਰੇ ਵਿਚੋਲੇ ਦੇ ਵਿੱਚ ਫਸ ਗਿਆ ਤਾਂ ਠੱਗੀ ਹੋ ਗਈ, ਹੁਣ ਘਰ ਦੀ ਕੁੜੀ ਦੇ ਨਾਲ ਠੱਗੀ ਕਰੂਗੀ? ਉਹ ਘਰ ਦੀ ਕੁੜੀ ਨਹੀਂ, ਗਾਹਾਂ ਵਾਲੀ ਦਾ ਨਹੀਂ ਪਤਾ ਹੁੰਦਾ ਜਿਹੜੀ ਆਊਗੀ ਵੀ ਉਹ ਠੱਗੀ ਨਿਕਲ ਜੇ ਕੋਈ। ਕੋਈ ਨਾ ਮੈਂ ਆਪ ਦੇਖ ਕੇ ਰਿਸ਼ਤਾ ਲਊਂਗੀ, ਤੇਰੇ ਵਰਗੇ ਨੂੰ ਕੀ ਪਰਖ ਹੈ, ਮੈਂ ਆਪ ਪਰਖ ਕੇ ਰਿਸ਼ਤਾ ਲਊਂਗੀ, ਨਾਲ ਮੈਂ ਆਪ ਜਾ ਕੇ ਆਊਂਗੀ, ਫਿਰ ਕੋਈ ਗੱਲ ਕਰਾਂਗੇ। ਅੱਜ ਤੱਪੇ ਕੋ ਕੋਈ ਗੱਲ ਨਹੀਂ ਬਣਦੀ, ਤੱਤਾ ਖਾ ਕੇ ਤਾਂ ਜੀਭ ਮੱਚ ਜਾਂਦੀ ਹੈ, ਪਰ ਤੂੰ ਮਜਾ ਕੇ ਬਹਿ ਗਿਆ, ਨਾਲੇ ਅੱਗੇ ਹੁਣ ਤੱਕ ਇਲਾਜ ਨਹੀਂ ਬਣਿਆ ਉਹ ਗੱਲ ਦਾ ਕੋਈ। ਉਹ ਬੀਬੀ ਮੇਰੀ ਗੱਲ ਸੁਣ, ਆ ਪਹਿਲੀ ਗੱਲ ਤਾਂ ਨਾ ਮੇਰਾ ਰਿਸ਼ਤਾ ਰੁਸਤਾ ਕਰਾਉਣ ਨੂੰ ਹੁਣ ਜੀਵ ਹੀ ਨਹੀਂ ਕਰਦਾ, ਮੇਰੇ ਸਾਲੇ ਦਾ ਪਹਿਲਾਂ ਉਹਦੇ ਨਾਲ ਵਿਆਹ ਕਰਾਇਆ ਸੀ, 60-70 ਹਜ਼ਾਰ ਰੁਪਇਆ ਉਹ ਲੈ ਗਈ, ਹੁਣ ਨਹੀਂ ਮੈਂ ਕਰਾਉਂਦਾ ਹੈਗਾ। ਬੇ ਕਰਨਾ ਤਾਂ ਤੇਰਾ ਪਊਗਾ ਹੀ, ਹੁਣ ਤੂੰ ਕਮਾਲ ਡੰਡੇ ਵਜਾਉਂਦਾ ਫਿਰੀ ਜਾਵੇਗਾ, ਉਹਨੇ ਸੁਖਣਾ ਬਰੋਬਰ ਦਾ ਘਰ ਬੰਨ ਲਿਆ, ਦੇਖ ਮੇਰਾ ਰਾਜ ਕਿੰਨਾ ਸਿਆਣਾ ਸੀਗਾ, ਹੈਂ ਆ ਜੇ ਤਾਂ ਇਹ ਕਾਮਲ ਕੁੱਟਿਆ ਤਾਂ ਇੱਥੇ ਤੱਕ ਗੱਲ ਪਹੁੰਚੀ। ਆਪਣਾ ਤਾਂ ਹੈ ਨੀ ਭਰਾ ਇਰਾਦਾ ਵਿਆਹ ਵੂ ਕਰਾਉਣ ਦਾ, ਤੂੰ ਇੱਕ ਵਾਰੀ ਰਾਜ ਹੋਣਾ ਨਾਲ ਗੱਲ ਕਰਨੀ, ਜੇ ਉਹ ਕਹਿੰਦੇ ਆ ਫਿਰ ਦੇਖਾਂਗੇ। ਹਾਂਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦਾ ਨਿਸ਼ਾਨ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।